ਉਹਨਾਂ ਨੇ ਬਾਣੀ ਉਚਾਰੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ, ਔਰ ਉਹਨਾਂ ਨੇ ਆਪਣੀ
ਕਲਮਦਾਨ ਲਿਖਿਆ ਹੈ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਸਨ। ਬਾਬਾ ਬਲਵੰਤ ਜੀ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੇਲੇ ਤੋਂ ਸੇਵਾ ਵਿੱਚ ਆ ਗਏ ਸਨ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ, ਆਖਿਆ ਕੋਈ ਇੱਛਾ ਹੈ? ਆਖਿਆ ਸਤਿਗੁਰੂ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਜਦੋਂ ਹੁੰਦਾ ਹੈ, ਆਪ ਜੀ ਨਾਲ ਸਾਥੀ ਪ੍ਰਧਾਨਾ ਜੀ ਸਾਨੂੰ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਾਉਂਦੇ ਸਨ। ਮਹਾਰਾਜ ਜੀ ਜਿਹੜੀ ਦਾਤ ਹੈ ਬਖਸ਼ ਦਿੱਤੀ ਜਾਏ। ਇਤਿਹਾਸ ਕਹਿੰਦਾ ਭਾਈ ਬਲਵੰਡ ਨੂੰ ਆਪ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਸੇਵਾ ਵਿੱਚ ਹਾਜ਼ਰ ਕਰਕੇ ਗਏ ਸਨ ਕਿ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਕਰਨ। ਬਾਬਾ ਬਲਵੰਡ ਔਰ ਬਾਬਾ ਸਤਾ ਜੀ ਉਹਨਾਂ ਦੀ ਆਮ ਕਲੀ ਕੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਤੇ ਉਹਨਾਂ ਨੇ ਜੋ ਦੇਖਿਆ ਉਹਨਾਂ ਨੇ ਲਿਖ ਦਿੱਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਗੁਰੂ ਰਾਮਦਾਸ ਮਹਾਰਾਜ ਵਿੱਚ ਇਹ ਵਡਿਆਈ ਹੈ ਕਿ ਜਿਹਨਾਂ ਜਿਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਮਰਿਆ, ਮਹਾਰਾਜ ਨੇ ਉਹਨਾਂ ਨੂੰ ਸਵਾਰ ਦਿੱਤਾ, ਮਹਾਰਾਜ ਨੇ ਉਹਨਾਂ ਦਾ ਅੰਦਰ ਸਵਾਰ ਦਿੱਤਾ, ਉਹਨਾਂ ਦਾ ਲੋਕ ਦੇ ਪਰਲੋਕ ਸਵਾਰ ਦਿੱਤਾ, ਸੁਖੀ ਹੋ ਗਏ, ਉਹਨਾਂ ਦਾ ਜੀਵਨ ਸਵਰ ਗਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਜਿਹਨਾਂ ਜਿਹਨਾਂ ਨੇ ਮਹਾਰਾਜ ਨੂੰ ਸਿਮਰਿਆ ਉਹਨਾਂ ਨੇ ਆਪਣਾ ਆਪ ਸਵਾਰ ਲਿਆ। ਐਸੇ ਨੇ ਗਰੀਬ ਨਿਵਾਜ ਛੋਟੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹਨਾਂ ਦੀ ਉਹਨਾਂ ਦੇ ਵਿੱਚ ਗੁਰੂ ਕੇ ਕੀਰਤਨੀ ਆਪ ਜੀ ਨੂੰ ਸ਼ਬਦ ਜਿਹੜੇ ਨੇ ਸਰਵਣ ਕਰਵਾ ਕੇ ਗਏ ਨੇ। ਢਾਡੀ ਜਥੇ ਨੂੰ ਆਪ ਜੀ ਦੀ ਸੇਵਾ ਕਰਨ ਦਾ ਸੰਪਾਦ ਪ੍ਰਾਪਤ ਹੋਇਆ ਹੈ। 15 ਢਾਡੀ ਜਥੇ ਦੇ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਪਮਾ ਵਿੱਚ ਆਪ ਜੀ ਦੇ ਸਨਮੁਖ ਰੱਖੇ ਗਏ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਸਨ 1606 ਈਸਵੀ ਦੇ ਵਿੱਚ। ਸਨ 1606 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। 1606 ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਠੀਕ ਉਦੋਂ 11 ਵਰਿਆਂ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹਾਦਤ ਦੇਣ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਕਰਵਾ ਕੇ ਮੱਥਾ ਟੇਕ ਕੇ ਗਏ ਸਨ ਕਿ ਗੁਰੂ ਇਹ ਨੇ। 5ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ, 6ਵੇਂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ 12 ਫੁੱਟ ਉੱਚਾ ਥੜਾ ਇੱਕ ਤਿਆਰ ਕੀਤਾ ਹੈ। ਉਹਨੂੰ ਬਣਾਉਣ ਦੀ ਸੇਵਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਭੱਟਾ ਸਾਹਿਬ ਔਰ ਭਾਈ ਗੁਰਦਾਸ ਸਾਹਿਬ ਇਹਨਾਂ ਤਿੰਨ ਮਹਾਂਪੁਰਖਾਂ ਨੇ ਉਹ ਥੜਾ ਜਿਹੜਾ ਉਹ ਤਿਆਰ ਕਰਨ ਦੀ ਸੇਵਾ ਕੀਤੀ। 12 ਫੁੱਟ ਉੱਚਾ ਥੜਾ ਤਿਆਰ ਹੋਇਆ। ਉਸ ਥੜੇ ਨੂੰ ਜਿੰਨੀ ਵੀ ਕਾਰ ਸੇਵਾ ਲੱਗੀ, ਜਿੰਨੀ ਗਾਰ ਲੱਗੀ, ਜਿੰਨੀ ਮਿੱਟੀ ਲੱਗੀ, ਜੋ ਵੀ ਸੇਵਾ ਲੱਗੀ, ਉਹ ਥੜਾ ਜਿਸ ਮਿੱਟੀ ਦਾ ਤਿਆਰ ਕੀਤਾ ਗਿਆ, ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਸਰੋਵਰ ਪਟਵਾਇਆ ਸੀ ਹਰਿਮੰਦਰ ਸਾਹਿਬ ਵਾਲਾ, ਉਹਦੇ ਵਿੱਚੋਂ ਜਿੰਨੀ ਕਾਰ ਸੇਵਾ ਨਿਕਲੀ ਸੀ ਉਹ ਬਾਹਰ ਕਿਤੇ ਸੁੱਟੀ ਨਹੀਂ ਸੀ ਗਈ। ਮਹਾਰਾਜ ਨੇ ਕਿਹਾ ਸਤਿਕਾਰ ਯੋਗ ਹੈ, ਪੂਰਨ ਤਾਲ ਕਟਾਇਆ, ਅੰਮ੍ਰਿਤ ਸਾਹਿਬ ਵਿੱਚ ਜੋਤ ਜਗਾ, ਇਸ ਸਰੋਵਰ ਵਿੱਚ ਹਰਿਮੰਦਰ ਵਰਗੀ ਜੋਤ ਜਗਣੀ ਹੈ, ਦੁਨੀਆਂ ਦੀਆਂ ਤਮਾਮ ਹਨੇਰੀਆਂ ਤੂਫਾਨ ਆਉਣਗੇ, ਭੂਚਾਲ ਆਉਣਗੇ, ਉਹ ਖਤਮ ਹੋ ਜਾਣਗੇ, ਤਾਂ ਕਿ ਜੋਤ ਸਦਾ ਜਗਦੀ ਰਹੇਗੀ, ਜਿਹੜੀ ਜੋਤ ਹਰਿਮੰਦਰ ਦੇ ਰੂਪ ਦੇ ਵਿੱਚ ਸਰੋਵਰ ਦੇ ਐਨ ਵਿਚਾਲੇ ਚੱਲੀ ਹੁੰਦੇ। ਮਹਾਰਾਜ ਨੇ ਕਿਹਾ ਮਾਮੂਲੀ ਬਾਤ ਨਹੀਂ, ਇਸ ਲਈ ਜ਼ਿੰਦਗੀ ਦੇ ਵਿੱਚੋਂ ਕਾਰ ਸੇਵਾ ਨਿਕਲੀ, ਮਿੱਟੀ ਨਿਕਲੇ, ਉਹ ਕਿਤੇ ਸੁੱਟੀ ਨਾ ਜਾਏ, ਉਹਨੂੰ ਵਰਤੋਂ ਵਿੱਚ ਲਿਆਂਦਾ ਜਾਏਗਾ। ਉਹ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਇੱਕ ਥੇ ਦੇ ਰੂਪ ਦੇ ਵਿੱਚ ਰੱਖ ਦਿੱਤੀ ਗਈ ਸੀ। 6ਵੇਂ ਪਾਤਸ਼ਾਹ ਨੇ ਉਸੇ ਸੇਵਾ ਨੂੰ, ਉਸੇ ਕਾਰ ਨੂੰ, ਉਸੇ ਮਿੱਟੀ ਨੂੰ ਇੱਕ ਥੜੇ ਦਾ ਰੂਪ ਦਿੱਤਾ ਔਰ ਉਹਨੂੰ ਅਕਾਲ ਪੁਰਖਾ ਵੀ ਕਿਹਾ ਗਿਆ ਔਰ ਅਕਾਲ ਤਖ਼ਤ ਵੀ ਕਿਹਾ ਗਿਆ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਔਰ 6ਵੇਂ ਪਾਤਸ਼ਾਹ ਆਪ ਰਲ ਕੇ ਇਸ ਥੜਾ ਤਿਆਰ ਕੀਤਾ ਹੈ। 6ਵੇਂ ਪਾਤਸ਼ਾਹ ਉਹਦੇ ਉੱਤੇ ਬਿਰਾਜਮਾਨ ਹੁੰਦੇ ਨੇ। ਮੀਰੀ ਤੇ ਪੀਰੀ ਦੀਆਂ ਤੇਗਾਂ ਸਤਿਗੁਰੂ ਨੇ ਧਾਰਨ ਕੀਤੀਆਂ, ਮੀਰੀ ਤੇ ਪੀਰੀ ਦੇ ਨਿਸ਼ਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਗਾਏ। ਹਜ਼ੂਰ ਦੇ ਦਸਤਾਰ ਸੋਹਣੀ ਸਜਾਈ ਹੈ ਤੇ ਨੱਕ ਦੀ ਸੇਧ ਨੂੰ ਸਿੱਧੀ ਰੱਖ ਕੇ ਮਸਤਕ ਦੇ ਐਨ ਵਿਚਾਲੇ ਮਹਾਰਾਜ ਨੇ ਕਲਗੀ ਲਗਾਈ ਹੈ। ਹੁਕਮ ਕੀਤਾ ਕਿ ਤੱਕਣ ਤੇ ਬੈਠ ਕੇ ਜਵਾਨ ਆਪਣੀਆਂ ਜਵਾਨੀਆਂ ਗੁਰੂ ਨੂੰ ਭੇਟਾ ਕਰਨ, ਚੰਗੇ ਤੋਂ ਚੰਗੇ ਸ਼ਸਤਰ ਗੁਰੂ ਨੂੰ ਭੇਟਾ ਕਰਨ, ਚੰਗੇ ਤੋਂ ਚੰਗੇ ਘੋੜੇ ਗੁਰੂ ਨੂੰ ਭੇਟਾ ਕਰਨ, ਜੇ ਗੁਰੂ ਦੀ ਖੁਸ਼ੀ ਲੈਣੀ ਹੈ। ਜਵਾਨਾਂ ਨੇ ਜਵਾਨੀਆਂ ਭੇਟ ਕੀਤੀਆਂ, ਸ਼ਸਤਰ ਮਹਾਰਾਜ ਨੂੰ ਭੇਟਾ ਕੀਤੇ, ਘੋੜੇ ਭੇਟ ਕੀਤੇ। ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਵਿੱਚ ਰਾਗੀ ਸਿੰਘ ਆਸਾ ਦੀ ਵਾਰ ਕਰਿਆ ਕਰਦੇ ਸਨ, ਕੀਰਤਨ ਕਰਿਆ ਕਰਦੇ ਸਨ। ਅਕਾਲ ਤਖ਼ਤ ਸਾਹਿਬ 6ਵੇਂ ਪਾਤਸ਼ਾਹ ਦੇ ਖੜੇ ਦੇ ਕੋਲ ਖੜ ਗਏ। ਬਾਬਾ ਸਤਾ, ਬਾਬਾ ਨਥਮਾ ਤੇ ਬਾਬਾ ਅਬਦੁਲ ਖੈਰ ਉਹ ਢਾਡੀ ਵਾਰ ਕਰਿਆ ਕਰਦੇ ਸਨ, ਉਹ ਢਾਡੀ ਵਾਰਾਂ ਦੇ ਰੂਪ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ। ਗੁਰੂ ਦਾ ਹੁਕਮ ਹੋਣ ਤੇ ਦੇਰ ਸੀ, ਫੌਜਾਂ ਭਰਤੀ ਹੋਣੀਆਂ ਸ਼ੁਰੂ ਹੋ ਗਈਆਂ। ਸਤਿਗੁਰੂ ਨੇ ਉਹਨਾਂ ਨੂੰ ਤੀਰ ਅਦਾਜੀ ਘੋੜ ਸਵਾਰੀ ਤੇਜਾ ਬਾਜੀ ਸਿਖਾਈ, ਕਿਹੜਾ ਤਿਆਰ ਕੀਤਾ ਲੋਹਗੜ੍ਹ ਸਾਹਿਬ।
जिनसे सतगुरु सच्चे पातशाह कलगी लगा के बैठते हैं, तख्त लगा के बैठते हैं, फौजा क्या कीतियां ने, किले बनाए ने, उत्थे सतगुरु पातशाह के दरबार में ढाडी सिंह बाबा मिली चंद साहब जी के कहने के सुर सिंह नगर को हाथी से बैठा के मंगवाए गए। वो पहली बार आए छेवे पातशाह जी दीदार किए, हजूर जी दुराजी कलगी देखी, सोहनी दस्तार देखी, संगत देखी, गुरु नानक के ढाडी अनोखी फप देखी, उन्होंने तोरिया ना गया, उन्होंने ढंड के संगी से तपद आया, सरंगी वाले ने संगी दिया तारा उत्ते गज फेरिया, और उन्होंने गुरु की अनोखी शान वाल तक के एक वार आई आख्या दो तलवारी बदिया। गुरु हरिमंदर साहब तुम दो ताकत अपन तलवारा बद लिया, दो तलवारी बसिया, एक पीढ़ी की, एक पीर की, एक अजमत की, एक राज की, एक राखी करे वजीर की, हिम्मत बाह कोटगढ़ दरवाजा बलक मकीर की। गुरु हरिमंदर साहब जेडे थोड़े बाजू ने ना महाराज किसी मजबूत किले की कंध बन गए, हिम्मत बाह कोटगढ़ दरवाजा बलक मकीर की, महाराज जिम्मे बलक मकीर के दरवाजे बड़े मजबूत ने, जरा दुरानी मस्तक है यह बड़ा मजबूत है, दुनिया दिया तमाम ताकत हकूमत इस मस्तक न टकरा के चूर हो जाएगियां, पर महाराज इस मस्तक जरा त्रेड़ नहीं पाएगी, जरा आज नहीं आएगी, ये बलक मकीर के दरवाजे वर्गा मजबूत आपकी दुरानी चौड़ा मस्तक है, ये महाराज आपकी दुरानी मस्तक के चमकते मस्तक के दर्शन करने सिखा वास्ते हो गए, जिन्हें सचखंड के दरवाजे के दर्शन करने हो, तुहाडा नुरानी मस्तक है, हिम्मत बाबा कोटगढ़ दरवाजा बलक मकीर दे नाल सिपाही नील नल मार दुष्टा करे तकीर दी, तुहाडे नाल जिहड़े सिपाही ने ना महाराज नाल सिपाही नील नल मार दुष्टा करे तकीर दी, महाराज जिहड़े तुहाडे नाल सिपाही ने नील ते नल, नील ते नल दो सिपाही मन्ने गए ने रामचंद्र दीआं फौजां दे विच, जदों इतिहास कहते भी उन्होंने लंका च हमला किया, समुद्र के रस्ते हो गए और पत्थर का पुल बनाया गया, पत्थर चुक चुक के समुद्र में सुटे गए थे, पुल बनाया गया, हुण पत्थर चुकने और सुट के पुल बनाना बड़ा लंबा चौड़ा, ये दो सिपाहियों ने बनाया नील ते नल, ये दो सिपाही सन रामचंद्र दीआं फौजां विच, बड़े बलवान सन, बड़ा नाम सी उन्हां दा, ढाडी सिंह ने उन्हां दा हवाला दे के आख्या महाराज तुहाडे नाल जिहड़े सिपाही ने ना बाबा मिली चंद साहिब वर्गे, शक्तिशाली ने बाबे राय जोत वर्गे, बाबे जतिमल वर्गे, बाबे जेठे वर्गे, महाराज इन्हां दा सानी कोई नहीं संसार ते, नाल सिपाही नील नल मार दुष्टा करे तकीर सी, पग तेरी की जहांगीर दी, महाराज पग ते तुहाडी है, दस्तार ते तुहाडी है, सत्कार ते तुहाडी दस्तार दा है, ये सोहणी दस्तार है, बेदाग दस्तार है, दुनिया अपने आप झुकदी है इस दस्तार नूं, गुरु हरिमंदर साहिब तुहाडी दस्तार तीन दुनिया का सच्चा सुचा ताज है, खूब तेरी पगड़ी मीठे तेरे बोल सतगुरु तेरी पग से क्या कहने, अपने आप दुनिया इस पग को चुकती कहते, महाराज जहांगीर की पग तुहाडी पग का मुकाबला कर लेगी, महाराज सवाली नहीं पैदा होता, ना उहदियां फौजां ना उहदा तख्त, जो शान गुरु हरिमंदर साहिब तुहाडे तख्त दी है वह जहांगीर के तख्त की थोड़ी है, जो चमकारा तुहाडी कलगी का है वह चमकारा महाराज जहांगीर की कलगी का भी नहीं, मन बोलिया ढाडी सिंह ने वाल कर के सच गया, पग तेरी की जहांगीर की, महाराज की अहमियत तकदीक है जहांगीर की पग तुहाडे सामने, हुण वाला ढाडी सिंह आ रहे हैं, जदों वो इदा मर्जी वड़िया नूं वाला सुनाउंदे ने उहनां दा खून खौलदा पै, उन्होंने हाथ तलवारा के मुठिया से चले जाते हैं, बाबा नथमन के बाबा अपू खैर के कोलो ढाडी सिंह के कोलो वारा सुन के सूरमे दंद खरीदते हैं, फुल टुकते हैं, मथिया से वट पेंदे ने, सूरमे को मरण का चा अपने दिल में पैदा होता है, पर सत्संग चेते रखना जदों अकाल तख्त साहब उत्ते ढाडी वाला गाउन लगे, सतगुरु ने धर्म और राजनीति एक थान कट्ठी कर दी, सच्चा सुचा धर्म ते सच्ची सुची राजनीति महाराज ने एक जगह से कट्ठी की, सतगुरु ने कहा अज तो बाद लोगों को राजा महाराजा के दरबार में जाके केसा का झगड़ा निपटारा कराने की लोड़ नहीं, उत्थे रिश्वत चलती है, उत्थे सिफारिश चलती है, उत्थे न्याय नहीं मिलता, जिन्हों न्याय चाहिए है वह गुरु नानक के दरबार में आवे, लोगों दी भीड़ा लग गई, कतारा लग गई, सतगुरु गुरु हरिमंदर साहब पातशाह लोगों के धार्मिक समाजिक फैसले ही कर लगे, राजा महाराजा मतलब शान पई और पंजाब के बाकी राजा महाराजा के दरबार खाली हो लगे, चढ़ावे चढ़ लगे, किला लोहगढ़ साहब मजबूत किला गुरु हरिमंदर साहब पातशाह ने तैयार किया है, बाबा मिली चंद साहब ने सिखा को फौजी ट्रेनिंग शुरू की देनिया, जब यह सारिया गतिविधियां का पता दिल्ली सरकार ने
उस कलिंगे जो बंदा जिन्हें गुरु अर्जन ने पातशाह को शहीद कराया ओदा मत्था ठण गया। उन्हें क्या मना गुरु हरगोबिंद साहब पातशाह का तख्त लाना, गुरु ने कलगी लगाई, गुरु ने गात्रे टेका धारण कीतिया, गुरु ने योधे त्यार कीते, फौजा त्यार कीतिया, गुरु ने कहा बनाया सीधा गुरु का हाथ केड़ा तेरे गल पहुंचेगा, गुरु ने गात्रे पई पैंदी हुई तलवार नहीं पता कदों तेरी गर्दन ते आ पै क्योंकि तू पाप कीते ने। पानी के बचन ने सो डरे जे पाप कमावदा धर्मी बगसेर धर्मी बंदा नहीं डरिया करता। जिन्हें हक सच की गिरत कमाई करती है भावे सवेरे घरों बाहर निकले ते भावे अद्धी रात नूं घरों बाहर निकले उन्हूं की डर है। जिन्हें कदे किसे दा माड़ा नहीं कीता, जिन्हें कदे किसे नाल चोरी नहीं कीती, ठगी नहीं मारी, जिन्हें कदे किसे दा दिल नहीं दुखाया, जिन्हें नोटा मारा नहीं कीतिया, जिन्हें ग्रंटा नहीं खादिया, जिन्हें किसे ते झूठे परचे नहीं कराए, जिन्हें किसे दा माड़ा नहीं कीता, भावे दिनों बाहर निकले ते भावे रात नूं ਉਹ ਬੇਪਰਵਾਹ ਰਹੇਗਾ। ਉਹਦਾ ਮਨ ਵੀ ਕਦੇ ਡੁੱਲੇਗਾ, ਉਹਦੀ ਆਤਮਾ ਕਦੇ ਕੰਬੇਗੀ ਨਹੀਂ। ਪਰ ਜਿਸ ਬੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਨੇ ਵੀ ਪਾਪ ਨੇ, ਜਦੋਂ ਸੂਰਜ ਛਿਪਣ ਲੱਗਦਾ ਉਹਦੇ ਘਰ ਦਾ ਬੂਹਾ ਬੰਦ ਹੋ ਜਾਂਦਾ, ਹੁਣ ਨਾ ਕੋਈ ਆ ਜਾਏ। ਦਿਨ ਦਿਨ ਚੜੇਗਾ ਤੇ ਗੱਲ ਕਰਾਂਗੇ ਹੁਣ ਰਾਤ ਪੈ ਗਈ ਹੈ। ਉਹ ਜਾਂਦਾ ਕਿ ਰਾਤ ਦੇ ਕੋਲੋਂ ਉਹਨੂੰ ਚੰਨ ਨਹੀਂ ਵੀ ਚੰਗਾ ਲੱਗਦਾ ਹੈ, ਪਰ ਇਹਨਾਂ ਇੱਕ ਪਾਪੀ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀਆਂ ਪਹਿਲੀਆਂ ਹੋਈਆਂ ਦੇਗਾਂ ਸਤਾਉਣ ਲੱਗੀਆਂ ਨੇ, ਪੀੜੀ ਪੀੜੀ ਤੇ ਝੁੱਲਦੇ ਨੇ ਨਿਸ਼ਾਨ ਫਰਾਟੇ ਮਾਰ ਨਿਸ਼ਾਨ ਉਹਦੇ ਗੇਕੋ ਦੇ ਸੱਪ ਦੀ ਤਰ੍ਹਾਂ ਲੇਟਾ ਲੱਗਾ। ਉਹ ਗੁਰੂ ਘਰ ਦਾ ਦੁਖੀ ਬੰਦਾ ਤੁਰਿਆ ਗਿਆ ਆਪਣੇ ਘਰੋਂ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚਦਾ ਹੈ। ਉਹਨੇ ਪਾ ਕੇ ਗੱਲ ਵਿੱਚ ਪੱਲਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਸ਼ਿਕਾਇਤ ਜਹਾਂਗੀਰ ਦੇ ਕੋਲ ਗਏ।
करके सिखी खत्म कर दोगे नहीं। तुसी गुरु नूं कहिंदे भयानक तो भयानक तसीहे दिते ते शब्द कीते पर सिखी इहदे चढ़दी कला विच कहिंदे गुरु अर्जन देव पातशाह दा पुत्र गुरु हरगोबिंद साहिब अपने आप नूं सच्चा पातशाह अखबारिया कह तख्त लगाया कह कलगी लगाई कह गात्रे तलवारां पहन लईआं ने मीरी पीरी दे निशान चुड़ा दिते ने सरकार दा निशान है उन्हें अपने निशान चुड़ा दिते ने तुहाडा तख्त है उन्हें अपना तख्त ला लिया है ਤੁਸੀਂ ਲੋਕਾਂ ਦੇ ਰਾਜਨੀਤਿਕ ਫੈਸਲੇ ਕਰਦੇ ਹੋ ਉਹ ਵੀ ਲੋਕਾਂ ਦੇ ਰਾਜਨੀਤਿਕ ਫੈਸਲੇ ਕਰਨ ਲੱਗ ਪਏ ਨੇ ਤੁਹਾਡੇ ਕੋਲ ਫੌਜਾਂ ਨੇ ਉਹਨਾਂ ਨੇ ਫੌਜਾਂ ਤਿਆਰ ਕਰ ਲਈਆਂ ਨੇ ਤੁਸੀਂ ਕਿਹੜਾ ਬਣਾਇਆ ਹੈ ਤੁਹਾਡੇ ਕਿਹੜੇ ਨੇ ਉਹਨਾਂ ਨੇ ਵੀ ਕਿਹੜਾ ਤਿਆਰ ਕਰ ਲਿਆ ਹੈ ਜੰਗੀ ਤਿਆਰੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦਰਬਾਰ ਦੇ ਵਿੱਚ ਜਿਹੜੇ ਗਵੱਈਏ ਨੇ ਉਹ ਬਾਦਸ਼ਾਹ ਪਤਾ ਕੀ ਕਹਿੰਦੇ ਨੇ ਸਾਧ ਸੰਗਤ ਹੁਣ ਕੋਈ ਪ੍ਰਚਾਰਕ ਕੋਈ ਗੁਰੂ ਦਾ ਪਿਆਰਾ ਸਰਕਾਰ ਦਾ ਮੱਥਾ ਲਾਵੇ ਸ੍ਰੀ ਮਾਨ ਸਿੰਘ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ ਸਰਕਾਰ ਦਾ ਮੱਥਾ ਲਾਇਆ ਜਿੱਥੇ ਜਾਂਦੇ ਸਨ ਉਸ ਸੱਚਾਈ ਦੇ ਪੁਤਲੇ ਵਿੱਚੋਂ ਸੱਚ ਦੀ ਆਵਾਜ਼ ਆਇਆ ਕਰਦੀ ਸੀ ਉਹ ਸੱਚ ਦਾ ਮੁਜੱਸਮਾ ਸਨ ਸੱਚ ਉਹਨਾਂ ਵਿੱਚ ਪ੍ਰਕਾਸ਼ਮਾਨ ਸੀ ਸੱਚ ਦਾ ਸਰੂਪ ਸਨ ਸੱਚ ਦਾ ਪ੍ਰਚਾਰ ਕਰਦੇ ਸਨ ਔਰ ਉਹ ਭਾਵੇਂ ਪ੍ਰਚਾਰ ਕਰਕੇ ਚਲੇ ਜਾਂਦੇ ਸਨ ਸਰੀਰ ਕਰਕੇ ਉਹ ਚਲੇ ਜਾਂਦੇ ਸਨ ਪਰ ਉਹਨਾਂ ਦੇ ਜਿਹੜੇ ਵਚਨ ਉਹ ਚਰਚਾ ਦਾ ਵਿਸ਼ਾ ਬਣ ਜਾਇਆ ਕਰਦੇ ਸਨ ਕਿ ਭਿੰਡਰਾਂ ਵਾਲੇ ਮਹਾਂਪੁਰਖ ਆਏ ਨੇ ਉਹ ਆਹ ਵਚਨ ਕਰਕੇ ਗਏ ਨੇ ਸਰਕਾਰਾਂ ਕੰਨ ਖੜੇ ਕਰਨ ਲੱਗੀਆਂ ਸਨ ਉਦੋਂ ਜਦੋਂ ਮਹਾਂਪੁਰਸ਼ ਪ੍ਰਚਾਰ ਕਰਿਆ ਕਰਦੇ ਸਨ ਇਸੇ ਤਰ੍ਹਾਂ ਜਦੋਂ ਢਾਡੀ ਸਿੰਘ ਬਾਬਾ ਨਤਮਲ ਤੇ ਬਾਬਾ ਅਬਦੁਲ ਖੈਰ ਨੇ ਕਿਹਾ ਹੋਏਗਾ ਪੱਗ ਤੇਰੀ ਕੀ ਜਹਾਂਗੀਰ ਦੀ ਕੀ ਇਹ ਕਦੇ ਚਰਚਾ ਦਾ ਵਿਸ਼ਾ ਨਹੀਂ ਬਣੇ ਕੋਈ ਕਿ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਵੀ ਢਾਡੀ ਸਿੰਘ ਆਹ ਗੱਲ ਕਹਿ ਰਹੇ ਨੇ ਕਿ ਜਹਾਂਗੀਰ ਦੇ ਕੁਝ ਵੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੱਗੇ ਹੁਣ ਆਮ ਸਾਡੀ ਸੋਚ ਕੀ ਹੈ ਹੁਣ ਉਸ ਵੇਲੇ ਸੰਗਤ ਚੰਗੀ ਸੀ ਜਿਹਨਾਂ ਨੇ ਆਹ ਗੱਲ ਸੁਣ ਲਈ ਢਾਡੀ ਸਿੰਘਾਂ ਦੇ ਕੋਲੋਂ ਹੁਣ ਦੇ ਪ੍ਰਬੰਧਕਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਜਿਹੜੇ ਢਾਡੀ ਰਾਗੀ ਕਮਿਸ਼ਨ ਕਥਾ ਵਾਚਕ ਨੇ ਗੁਰੂ ਦੀ ਰੋਟੀ ਰੋਟੀ ਦੇ ਦਿੱਤੇ ਤੇ ਪੜਦੇ ਇਹ ਤੇ ਸਾਡੀ ਦਿੱਤੇ ਤੇ ਪੜਦੇ ਇਹ ਹੁਕਮਨਾਮਾ ਵੀ ਉੱਥੋਂ ਲੈਣ ਜਿੱਥੋਂ ਸਾਨੂੰ ਚੰਗਾ ਲੱਗਦਾ ਹੈ ਇਹ ਸ਼ਬਦ ਵੀ ਉਹ ਪੜ੍ਹਨ ਜਿਹੜੇ ਸਾਨੂੰ ਚੰਗੇ ਲੱਗਦੇ ਨੇ ਜਿਹੜੇ ਸਾਨੂੰ ਪਾਉਂਦੇ ਨੇ ਇਹ ਪਸੰਦ ਵੀ ਉਹ ਸੁਣਾ ਦੇਣ ਜਿਹਦੇ ਵਿੱਚ ਨਾ ਕਾਂਗਰਸ ਦੀ ਗੱਲ ਆਵੇ ਤੇ ਨਾ ਅਕਾਲੀਆਂ ਦੀ ਗੱਲ ਆਵੇ ਤੇ ਨਾ ਬੀਜੇਪੀ ਦੀ ਗੱਲ ਆਵੇ ਤੇ ਨਾ ਕਿਸੇ ਹੋਰ ਦੀ ਗੱਲ ਆਵੇ ਗੋਗਲਾਂ ਤੋਂ ਮਿੱਟੀ ਝਾੜ ਕੇ ਪ੍ਰਚਾਰ ਕੇ ਚਲੇ ਜਾਣ ਤੇ ਸਾਡੀ ਕਾਂਗਰਸੀਆਂ ਨਾਲ ਵੀ ਬਣੀ ਰਹੇ ਸਾਡੀਆਂ ਗੱਲ ਸਾਡੀ ਅਕਾਲੀਆਂ ਨਾਲ ਵੀ ਬਣੀ ਰਹੇ ਸਾਡੀ ਸਾਰਿਆਂ ਦੀ ਇੱਕ ਦੂਜੇ ਨਾਲ ਬਣੀ ਰਹੇ ਪਰ ਮਹਾਰਾਜ ਜੀ ਦੀ ਬਾਣੀ ਦੇ ਸਾਨੂੰ ਬਚਨ ਚੇਤੇ ਭੁੱਲ ਗਏ ਤੇ ਬੰਦਿਆ ਕਿੰਨੀਆਂ ਕੁ ਸਾਂਝਾ ਬਣਾ ਲਏਗਾ ਕਿੰਨੇ ਕੁ ਦੁਨੀਆਂ ਨੂੰ ਖੁਸ਼ ਕਰ ਲਏਗਾ ਮਨ ਲੱਗਿਆ ਕੋਈ ਤੇਰੇ ਨਾਲ ਚੇਖਾ ਤੇ ਸਾੜੇਗਾ ਨਹੀਂ ਹਜ਼ੂਰ ਨੇ ਆਖਿਆ ਬਿਲਕੁਲ ਵੀ ਨਹੀਂ ਸਾਰਿਆਂ ਦਾ ਰਿਸ਼ਤਾ ਕੇਵਲ ਤੇ ਕੇਵਲ ਜਿਗਰ ਤੱਕ ਹੈ ਹੱਥੀ ਫੂਕ ਕੇ ਪਿਛਾਂ ਵਾਪਸ ਮੁੜ ਆਉਂਦੇ ਨੇ ਚਾਰ ਦਿਨ ਗੰਮ ਦੇ ਲੰਘਣਗੇ ਮੁੜ ਕੇ ਕੌਣ ਚੇਤੇ ਕਰਦਾ ਕਿ ਕੌਣ ਹੁੰਦਾ ਸੀ ਮੇਰੇ ਸਤਿਗੁਰੂ ਨੇ ਕਿਹਾ ਇਸ ਲਈ ਹੋਏ ਜੀਵਨ ਦੇ ਵਿੱਚ ਵਿਛੜੇ ਉਹ ਮਾਇਆ ਨਾ ਜਾਈ ਛੋੜ ਬਾਣੀ ਦੇ ਬਚਨ ਨੇ ਨਾਨਕ ਕੱਢਿਆ ਸਿਉ ਤੋੜ ਢੂੰਡ ਸੱਜਣ ਸੰਤ ਪੱਕੇ ਆ ਉਹ ਜੀਵਨ ਦੇ ਵਿਛੜੇ ਉਹ ਮਾਇਆ ਨਾ ਜਾਈ ਛੋੜ ਕੱਚਿਆਂ ਦੇ ਮਗਰ ਲੱਗ ਕੇ ਵੇਖੀ ਕਿਤੇ ਮਨੁੱਖ ਸੱਚ ਤੋਂ ਮੂੰਹ ਨਾ ਫੇਰ ਲਈ ਜਦੋਂ ਢਾਡੀ ਸਿੰਘਾਂ ਨੇ ਵਾਰ ਗਾਈ ਪੂਰੇ ਪੰਜਾਬ ਦੀ ਧਰਤੀ ਤੇ ਚਰਚਾ ਫੈਲ ਗਈ ਕਿ ਆਹ ਸੁਰ ਸਿੰਘ ਤੇ ਢਾਡੀ ਸਿੰਘਾਂ ਨੇ ਵਾਰ ਗਾਈ ਕਿ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਇਸ ਗੁਰੂ ਘਰ ਦੇ ਲੋਕੀ ਨੇ ਆਖਿਆ ਬਾਦਸ਼ਾਹ ਆਹ ਵਾਰਾਂ ਗਾਈਆਂ ਜਾ ਰਹੀਆਂ ਨੇ ਸਰਕਾਰ ਦੇ ਖਿਲਾਫ਼ ਭੜਕਾਇਆ ਜਾ ਰਿਹਾ ਹੈ ਗੁਰੂ ਦਰਬਾਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਦਸ਼ਾਹ ਜਹਾਂਗੀਰ ਕਹਿਣਾ ਤੱਕ ਚੱਲ ਗਏ ਬਾਦਸ਼ਾਹ ਗੁਰੂ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦਾ ਹੈ ਉਹਨਾਂ ਦੀਆਂ ਜੰਗੀ ਤਿਆਰੀਆਂ ਇਹ ਲੱਗਦੀਆਂ ਨੇ ਕਿ ਅੱਜ ਵੀ ਹਮਲਾ ਕਰਨਗੇ ਤੇ ਕੱਲ੍ਹ ਵੀ ਹਮਲਾ ਕਰਨਗੇ ਜਹਾਂਗੀਰ ਗੁਰੂ ਨਾਨਕ ਦੇ ਘਰ ਦਾ ਈਰਖਾ ਕਰਨ ਵਾਲਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਉਹਨੇ ਆਪ ਈਰਖਾ ਵਾਸ ਹੋ ਕੇ ਸ਼ਹੀਦ ਕਰਾਇਆ ਉਹਦੇ ਵਿੱਚ ਚੰਦੂ ਵੀ ਸੀ ਉਹਦੇ ਵਿੱਚ ਮੁਰਤਜਾ ਖਾਨ ਵੀ ਸੀ ਉਹਦੇ ਵਿੱਚ ਸ਼ੇਖ ਫਤਾ ਵੀ ਸੀ ਸ਼ੇਖ ਫਰੀਦ ਬੁਖਾਰੀ ਵੀ ਸੀ ਸ਼ੇਖ ਅਹਿਮਦ ਸਰਹੰਦੀ ਵੀ ਸੀ ਇਹ ਤਮਾਮ ਵਿਅਕਤੀ ਸ਼ਾਮਲ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਵਿੱਚ ਕੇਵਲ ਚੰਦੂ ਹੀ ਨਹੀਂ ਔਰ ਕੇਵਲ ਜਹਾਂਗੀਰ ਹੀ ਨਹੀਂ ਇਹ ਸਾਰਿਆਂ ਦੀ ਮਿਲੀ ਮੁਗਤ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਕਹਿੰਦੇ ਜਹਾਂਗੀਰ ਬਾਦਸ਼ਾਹ ਕ੍ਰੋਧ ਵਿੱਚ ਆਇਆ ਉਹਨੇ ਸੋਚਿਆ ਵੀ ਮੈਂ ਗੁਰੂ ਨੂੰ ਸ਼ਹੀਦ ਕੀਤਾ ਵੀ ਸਿੱਖੀ ਘੱਟ ਜਾਏਗੀ ਹਿੰਦੂ ਮੁਸਲਮਾਨ ਉੱਥੇ ਜਾਣਾ ਬੰਦ ਕਰ ਦੇਣਗੇ ਪਰ ਗੁਰੂ ਦਾ ਪੁੱਤਰ ਦੇ ਤਖ਼ਤ ਲਾ ਕੇ ਬੈਠ ਗਿਆ ਸਰਕਾਰ ਨੂੰ ਚੈਲੰਜ ਕਰ ਰਿਹਾ ਇਸ ਗੁਰੂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਗੁਰੂ ਦੀ ਗ੍ਰਿਫ਼ਤਾਰੀ ਦੇ ਤੁਰੰਤ ਜਾਰੀ ਕਰ ਦਿੱਤੇ ਗਏ ਜਹਾਂਗੀਰ ਦੇ ਵੱਲੋਂ ਬਾਦਸ਼ਾਹ ਦਾ ਵਜ਼ੀਰ ਖਾਨ ਉਹਦਾ ਨਿਕਟਵਰਤੀ ਗੁਰਜਾ ਬੇਗ ਉਹ ਸਤਿਗੁਰੂ ਦੀ ਗ੍ਰਿਫ਼ਤਾਰੀ ਦੇ ਤੁਰੰਤ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ ਵਜ਼ੀਰ ਖਾਨ ਨੇ ਆਖਿਆ ਮਹਾਰਾਜ ਪੰਜਵੇਂ ਜਾਮੇ ਵਿੱਚ ਸ਼ਹਾਦਤ ਹੋਈ ਹੈ ਪਰ ਇਸ ਜਾਮੇ ਵਿੱਚ ਸ਼ਹਾਦਤ ਨਹੀਂ ਹੋਏਗੀ ਸਰਕਾਰ ਦੀ ਇਹਦਾ ਦੀ ਕੋਈ ਸੋਚ ਨਹੀਂ ਕੇਵਲ ਸਰਕਾਰ ਜਿਹੜੀਆਂ ਗੁਰੂ ਘਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਫੌਜਾਂ ਤਖ਼ਤ ਆ ਸ਼ਸਤਰਾਂ ਦੀ ਸਿਖਲਾਈ ਤੇ ਕਿਲੇ ਇਹਨਾਂ ਬਾਰੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ
ਅੱਜ ਦਿੱਲੀ ਆਓ ਮੇਰੇ ਹਜ਼ੂਰ ਮੈਂ ਕਿਹਾ ਉਹ ਵਜ਼ੀਰ ਖਾਨ ਜਦੋਂ ਸ਼ਹਾਦਤ ਦੇਣ ਦਾ ਸਮਾਂ ਸੀ ਅਸੀਂ ਤੇ ਉਦੋਂ ਦੇ ਮੂੰਹ ਫੇਰਿਆ ਹੁਣ ਤੇ ਕੇਵਲ ਉਹ ਪਹਿਲਾਂ ਕੁਛ ਨੀ ਇੱਧਰੋਂ ਦੇਣੇ ਹਜ਼ੂਰ ਨੇ ਕਿਹਾ ਅਸੀਂ ਜ਼ਰੂਰ ਆਵਾਂਗੇ ਛੇਵੇਂ ਪਾਤਸ਼ਾਹ ਚੱਲਦੇ ਨੇ ਤੇ ਸਤਿਗੁਰੂ ਪਹੁੰਚ ਜਾਂਦੇ ਨੇ ਗੁਰਦੁਆਰਾ ਖਜਰੂ ਕਿਲਾ ਸਾਹਿਬ ਦਿੱਲੀ ਸਾਢੇ 15 ਵਰ੍ਹਿਆਂ ਦੀ ਉਮਰ ਗਏ ਉਸ ਵੇਲੇ ਛੇਵੇਂ ਪਾਤਸ਼ਾਹ ਦੀ ਸਾਢੇ 15 ਵਰ੍ਹਿਆਂ ਦੀ 1610 ਈਸਵੀ ਦੇ ਅਖੀਰਲੇ ਦਿਨ ਨੇ ਗੁਰਦੁਆਰਾ ਖਜਰੂ ਕਿਲਾ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਰਾਜਮਾਨ ਮਹਾਰਾਜ ਦਾ ਚੌੜਾ ਮੁਰਾਦੀ ਮਸਤਕ ਗਏ ਹਜ਼ੂਰ ਦੇ ਗੋਲ ਦੌਲੇ ਨੇ ਲੰਮੀਆਂ ਬਾਹਾਂ ਨੇ ਹਜ਼ੂਰ ਦੀ ਇਤਿਹਾਸ ਕਹਿੰਦਾ ਤਕਰੀਬਨ 7 ਫੁੱਟ ਉੱਚਾ ਕੱਦ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ 7 ਫੁੱਟ ਉੱਚੇ ਜਵਾਨ ਨੇ ਹੁਣ ਆਮ ਤੌਰ ਤੇ ਅੱਜ ਦੇ ਸਮੇਂ ਵਿੱਚ ਸਾਨੂੰ ਕੋਈ 6 ਫੁੱਟ ਉੱਚਾ ਮਿਲੇ ਸਵਾ 6 ਫੁੱਟ ਉੱਚਾ ਮਿਲੇ ਕਿਤੇ ਵੀ ਕੋਈ 6.5 ਫੁੱਟ ਉੱਚਾ ਮਿਲੇ ਤਾਂ ਲੋਕ ਕਹਿੰਦੇ ਨੇ ਨਾਲ ਫੋਟੋ ਖਿਚਵਾਓ ਵੀ 6.5 ਫੁੱਟ ਜਵਾਨ ਹੈ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 7 ਫੁੱਟ ਉੱਚੇ ਜਵਾਨ ਸਨ 42 ਇੰਚ ਲੰਬੀਆਂ ਬਾਹਾਂ ਸਨ ਛੇਵੇਂ ਪਾਤਸ਼ਾਹ ਦੀਆਂ ਮਹਾਰਾਜ ਜੀ ਦੀ ਸਦਾ ਕੱਜ ਚੌੜੀ ਛਾਤੀ ਹੈ ਜਦੋਂ ਚੌਪੜਾ ਲਾ ਕੇ ਬੈਠਿਆ ਕਰਦੇ ਸਨ ਇਤਿਹਾਸ ਕਹਿੰਦਾ 3 ਵਾਰ ਪਿਆ ਕਰਦੇ ਸਨ ਲੱਖੋਂ ਇੰਨੇ ਮਹਾਰਾਜ ਤਗੜੇ ਸਨ ਬਲਵਾਨ ਸਨ ਇੰਨੇ ਸ਼ਕਤੀਸ਼ਾਲੀ ਸਨ ਐਵੇਂ ਦੀ ਭਾਈ ਗੁਰਦਾਸ ਸਾਹਿਬ ਨੇ ਕਿਹਾ ਦਲ ਭੰਜਨ ਗੁਰ ਸੂਰਮਾ ਬਾਡੀ ਹੋਦਾ ਆਓ ਪਾਏ ਉਪਕਾਰੀ ਕੁਝ ਵੇਖ ਕੇ ਹੀ ਉਹਨਾਂ ਨੇ ਆਪਣੇ ਸ਼ਬਦ ਕਹੇ ਨੇ ਗੁਰੂ ਦੀ ਦੁਹਾਰ ਗੁਰੂ ਦੀ ਦਿੱਖ ਵੱਖਰੀ ਹੈ ਦਿੱਲੀ ਦੇ ਲੋਕ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਆਏ ਦਿੱਲੀ ਦੀ ਹਕੂਮਤ ਮੱਚ ਗਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਚੜ੍ਹਦੀ ਕਲਾ ਵੇਖ ਕੇ ਜਹਾਂਗੀਰ ਨੇ ਆਖਿਆ ਮੈਂ ਗੁਰੂ ਦੇ ਮੱਥੇ ਤੇ ਲੱਗਾਂਗਾ ਪੰਜਾਬ ਦਾ ਗਵਰਨਰ ਕਹੇ ਮੁਰਤਜ਼ਾ ਖਾਨ ਉਹਨੂੰ ਬੁਲਾ ਕੇ ਆਖਿਆ ਮੁਰਤਜ਼ਾ ਖਾਨ ਮੈਨੂੰ ਪੂਰਨ ਰਿਪੋਰਟ ਤਿਆਰ ਕਰਕੇ ਦੇ ਵੀ ਵਾਕਿਆ ਗੁਰੂ ਦੀਆਂ ਸਰਕਾਰ ਦੇ ਖਿਲਾਫ਼ ਕੋਈ ਗਤੀਵਿਧੀਆਂ ਨੇ ਗੁਰੂ ਨੇ ਕਿਹੜੇ ਬਣਾਏ ਨੇ ਫੌਜਾਂ ਤਿਆਰ ਕੀਤੀਆਂ ਨੇ ਗੁਰੂ ਦੇ ਅੰਦਰ ਦੀ ਭਾਵਨਾ ਕੀ ਹੈ ਤੂੰ ਰਿਪੋਰਟ ਮੈਨੂੰ ਤਿਆਰ ਕਰਕੇ ਦੇ ਕੋਈ ਵੀ ਜਦੋਂ ਘਟਨਾ ਵਾਪਰਦੀ ਹੈ ਸਰਕਾਰਾਂ ਕਮੇਟੀ ਬਿਠਾ ਦਿੰਦੀਆਂ ਨੇ ਜਾਂਚ ਕਰਨ ਵਾਸਤੇ ਹੁਣ ਇਸ ਵੇਲੇ ਮੁਰਤਜ਼ਾ ਖਾਨ ਦੀ ਕਮੇਟੀ ਬੈਠੀ ਹੈ ਮੁਰਤਜ਼ਾ ਖਾਨ ਤੂੰ ਇਹਨੂੰ ਕੁਆਰੇ ਕਰਦੇ ਰਿਪੋਰਟ ਪੇਸ਼ ਕਰ ਮੁਰਤਜ਼ਾ ਖਾਨ ਤੇ ਚੰਦੂ ਇਹ ਸਾਰੇ ਇੱਕੋ ਹੀ ਨੇ ਇਹਨਾਂ ਨੇ ਪੰਜਵੇਂ ਪਾਤਸ਼ਾਹ ਨੂੰ ਮਿਲ ਕੇ ਸ਼ਹੀਦ ਕਰਾਇਆ ਰਿਪੋਰਟ ਚੰਦੂ ਦੇ ਕਹਿਣ ਮੁਤਾਬਕ ਤਿਆਰ ਕਰ ਦਿੱਤੀ ਗਈ ਚੰਦੂ ਨੂੰ ਆਪਣੀ ਮੌਤ ਦਾ ਡਰ ਸਤਾ ਰਿਹਾ ਸੀ ਕਿ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਾਇਆ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਵਾਨ ਹੋ ਗਏ ਨੇ ਮੇਰਾ ਅੰਤ ਨਿਸ਼ਚਿਤ ਹੈ ਇਸ ਲਈ ਮੇਰਾ ਅੰਤ ਹੋਵੇ ਇਹ ਤੋਂ ਪਹਿਲਾਂ ਮੈਂ ਇਸ ਬੇਅੰਤ ਨੂੰ ਜੇਲ੍ਹ ਵਿੱਚ ਬੰਦ ਕਰਾ ਦਿਆ ਗੁਰੂ ਨੂੰ ਖਤਮ ਕਰਾ ਦਿਆ ਪਰ ਉਹ ਸਿਆਣੇ ਕਹਿੰਦੇ ਨੇ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਵੇਖੀ ਆਪਣੀ ਮਸਤੀ ਦੇ ਵਿੱਚ ਆ ਕੇ ਕਿਸੇ ਮਾੜੇ ਦਾ ਦਿਲ ਦੁਖਾ ਨਾ ਮੈਨੂੰ ਵੇਖੀ ਆਪਣੀ ਮਸਤੀ ਦੇ ਵਿੱਚ ਆ ਕੇ ਕਿਸੇ ਮਾੜੇ ਦਾ ਦਿਲ ਦੁਖਾ ਨਾ ਮੈਨੂੰ ਕੁੱਲੀ ਕਿਸੇ ਗਰੀਬ ਦੀ ਢਾਉਣ ਦੇ ਲਈ ਮਹੱਲ ਆਪਣੇ ਕਿਤੇ ਗਿਰਾ ਨਾ ਮੈਨੂੰ ਖੂਹਾ ਪੁੱਟਦਾ ਪੁੱਟਦਾ ਕਿਸੇ ਦੇ ਲਈ ਖਾਦਾ ਆਪਣੇ ਮੂਹਰੇ ਖੁਦਾ ਨਾ ਪਈ ਰੱਸਾ ਵੱਟਦਾ ਵੱਟਦਾ ਕਿਸੇ ਦੇ ਲਈ ਹਾ ਹਾ ਆਪਣੇ ਗਲ ਗਵਾ ਨਾ ਪਈ ਹਾ ਹਾ ਆਪਣੇ ਗਲ ਗਵਾ ਨਾ ਪਈ ਪਰ ਹੱਥੀ ਰੱਸਾ ਵੱਟਦਾ ਪਿਆ ਇਹ ਸੋਚ ਰਿਹਾ ਸੀ ਇਹ ਫਾ ਜਿਹੜਾ ਇਹ ਬੰਦਾ ਇਹ ਜੋ ਹਰਗੋਬਿੰਦ ਸਾਹਿਬ ਪਾਤਸ਼ਾਹ ਵਾਸਤੇ ਹੈ ਇਹ ਤੰਦੂ ਸੋਚਦਾ ਪਰ ਨਹੀਂ ਸੀ ਪਤਾ ਵੀ ਰੱਸਾ ਵੀ ਉਹਦਾ ਆਪਣੇ ਹੱਥਾਂ ਨਾਲ ਹੀ ਵੱਟ ਲਿਆ ਤੇ ਆਪਣੇ ਗਲ ਵਿੱਚ ਪੈਣਾ ਜਿਹੜਾ ਪਾਪੀ ਬੰਦਾ ਆਉਣ ਵਾਲੇ ਸਮੇਂ ਤੋਂ ਨਹੀਂ ਜਾਣੂ ਹੁੰਦਾ ਜਦੋਂ ਪਾਪ ਕਰਦਾ ਹੈ ਉਦੋਂ ਕੇਵਲ ਆਪਣਾ ਫਾਇਦਾ ਵੇਖਦਾ ਹੈ ਪਰ ਉਹ ਆਉਣ ਵਾਲੇ ਸਮੇਂ ਨੂੰ ਨਹੀਂ ਵੇਖਦਾ ਹੁਣ ਇੱਕ ਵਾਰੀ ਤੇ ਬਾਦਲਾਂ ਨੇ ਧੱਕਾ ਕਰਕੇ ਗੋਲਕਪੂਰੇ ਵਿੱਚੋਂ ਬਹਿਬਲ ਕਲਾਂ ਵਿੱਚੋਂ ਬਰਗਾੜੀ ਵਿੱਚੋਂ ਗੋਲੀਆਂ ਚਲਾ ਕੇ ਸੰਗਤਾਂ ਉਠਾ ਦਿੱਤੀਆਂ ਵੀ ਇਹਨਾਂ ਨੂੰ ਰਹਿਣ ਨਹੀਂ ਦੇਣਾ ਬਹਿਣ ਨਹੀਂ ਦੇਣਾ ਹੁੰਦੇ ਕੌਣ ਨੇ ਬੈਠਣ ਵਾਲੇ ਹਮੇ ਆ ਗਏ ਤੇ ਸਤ ਸੰਗਤ ਜਦੋਂ ਹੰਕਾਰ ਆ ਗਿਆ ਨਹੀਂ ਤੇ ਬਾਣੀ ਪੜ੍ਹਦੇ ਸਿੱਖ ਕਿਹਨੂੰ ਵੀ ਚੰਗੇ ਲੱਗਦੇ ਆਪਣੇ ਪਿੰਡ ਵਿੱਚ ਕੋਈ ਬੰਦਾ ਹੋਵੇ ਸਵੇਰੇ ਸ਼ਾਮ ਬਾਣੀ ਪੜ੍ਹੀ ਜਾਵੇ ਆਪਾਂ ਕਹਿੰਦੇ ਬੜਾ ਭਜਨੀਕ ਬੰਦਾ ਹੈ ਬੜਾ ਚੰਗਾ ਹੈ ਬਾਣੀ ਵੀ ਪੜ੍ਹੀ ਜਾਂਦਾ ਹੈ ਤੇ ਗੋਲਕਪੂਰੇ ਚੌਂਕ ਵਿੱਚ ਬੈਠੀਆਂ ਸੰਗਤਾਂ ਬਾਣੀ ਪੜ੍ਹ ਰਹੀਆਂ ਸਨ ਇਹਨਾਂ ਨੂੰ ਬਾਣੀ ਪੜ੍ਹਨ ਵਾਲੀਆਂ ਸੰਗਤਾਂ ਵੀ ਚੰਗੀਆਂ ਨਹੀਂ ਲੱਗੀਆਂ ਜਿਹੜੀ ਸੰਗਤਾਂ ਜਾਪ ਸਾਹਿਬ ਦੀ ਬਾਣੀ ਪੜ੍ਹ ਰਹੀਆਂ ਸਨ ਨਹੀਂ ਚੰਗੀਆਂ ਲੱਗੀਆਂ ਹੋਵੇ ਆ ਕੇ ਲੀਡਰਾਂ ਨੂੰ ਕਹਿ ਦਿਆ ਇਹਨਾਂ ਨੂੰ ਖਾ ਦਿਓ ਜੋ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਹੋ ਲੈਣ ਦਿਓ ਪਰ ਪਾਪੀ ਬੰਦਾ ਜਦੋਂ ਪਾਪ ਕਰਦਾ ਉਹ ਇਹ ਨਹੀਂ ਸੋਚਦਾ ਮੇਰੇ ਮੱਥੇ ਤੇ ਕਲੰਕ ਕਿਹੜਾ ਲੱਗਣ ਵਾਲਾ ਦੁਨੀਆਂ ਤੋਂ ਦੁਰ ਜਾਏਗਾ ਪਰ ਉਹ ਕਲੰਕ ਜਿਹੜਾ ਰਹੇਗੀ ਦੁਨੀਆਂ ਤੱਕ ਉਹਦੇ ਮੱਥੇ ਤੇ ਬੋਲਦਾ ਲੱਗੇਗਾ ਲੱਗਾ ਲੱਗੇਗਾ ਚੰਦੂ ਚਾਹੁੰਦਾ ਕਿ ਮੈਂ ਗੁਰੂ ਨੂੰ ਸ਼ਹੀਦ ਕਰਾ ਦਿਆਂਗਾ ਗੁਰੂ ਨੂੰ ਵੀ ਕਤਲ ਕਰਾ ਦਿਆਂ ਕਿਤੇ ਮੇਰਾ ਅੰਤ ਨਾ ਹੋ ਜਾਏ ਪਰ ਇਹ ਪਾਪੀ ਆਪਣੇ ਵਾਸਤੇ ਆਪਣੇ ਹੱਥੀ ਫਾਹ ਤਿਆਰ ਕਰ ਰਿਹਾ ਮੁਰਤਜ਼ਾ ਖਾਨ ਦੇ ਕਹਿਣ ਮੁਤਾਬਕ ਚੰਦੂ ਦੇ ਕਹਿਣ ਮੁਤਾਬਕ ਮੁਰਤਜ਼ਾ ਖਾਨ ਨੇ ਰਿਪੋਰਟ ਤਿਆਰ ਕੀਤੀ ਤੇ ਜਹਾਂਗੀਰ ਨੂੰ ਦੇ ਦਿੱਤੀ ਬਾਦਸ਼ਾਹ ਸੱਚ ਹੈ ਗੁਰੂ ਨੇ ਕਿਲੇ ਤਿਆਰ ਕਰ ਲਏ ਨੇ ਫੌਜਾਂ ਤਿਆਰ ਕੀਤੀਆਂ ਨੇ ਢਾਡੀ ਆ ਵਾਲਾ ਲਾ ਰਹੇ ਨੇ ਉੱਥੇ ਸ਼ਸਤਰ ਵਿਦਿਆ ਸਿਖਾਈ ਡਾ ਰਹੀ ਹੈ ਨਿਸ਼ਾਨ ਝੁਲ ਗਏ ਨੇ ਔਰ ਚੜਾਵੇ ਗੁਰੂ ਨੂੰ ਚੜ੍ਹ ਰਹੇ ਨੇ ਚੜਾਵੇ ਕੀ ਚੜ੍ਹ ਰਹੇ ਨੇ ਜਵਾਨ ਆਪਣੀਆਂ ਜਵਾਨੀਆਂ ਗੁਰੂ ਨੂੰ ਚੜਾ ਰਹੇ ਨੇ ਲੋਕ ਘੋੜੇ ਗੁਰੂ ਨੂੰ ਚੜਾ ਰਹੇ ਨੇ ਲੋਕ ਚੰਗੇ ਤੋਂ ਚੰਗੇ ਸ਼ਸਤਰ ਗੁਰੂ ਨੂੰ ਚੜਾ ਰਹੇ ਨੇ ਹੀਰੇ ਮੋਤੀ
ਸਾਰੀਆਂ ਰਾਜਿਆਂ ਮਹਾਰਾਜਿਆਂ ਵਾਲੀਆਂ ਭੇਡਾਂ ਗੁਰੂ ਨੂੰ ਜੜ ਕਰਦੀਆਂ। ਜਹਾਂਗੀਰ ਨੇ ਆਖਿਆ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਜਾਵੇ, ਗੁਰੂ ਨੂੰ ਗ੍ਰਿਫਤਾਰ ਕਰੋ, ਗਵਾਲੀਅਰ ਭੇਜ ਦਿਓ। ਗਵਾਲੀਅਰ ਉਹ ਕਿਲਾ ਹੈ ਜਿੱਥੇ ਰਾਜਸੀ ਕੈਦੀ ਭੇਜੇ ਜਾਂਦੇ ਸਨ, ਰਾਜਸੀ ਕੈਦੀ, ਸ਼ਾਹੀ ਕੈਦੀ। ਜਿਵੇਂ ਇੰਡੀਆ ਦੇ ਵਿੱਚ ਤਿਹਾੜ ਜੇਲ੍ਹ ਮੰਨੀ ਜਾਂਦੀ ਹੈ, ਦਿੱਲੀ ਵਿੱਚ ਇੱਕ ਤਿਹਾੜ ਜੇਲ੍ਹ, ਔਰ ਜਿਹਨੂੰ ਰਿਹਾ ਨਾ ਕਰਨਾ ਹੋਵੇ ਸਰਕਾਰ ਨੇ, ਜਿਹਨੂੰ ਸਰਕਾਰ ਨੇ ਰਿਹਾ ਨਾ ਕਰਨਾ ਹੋਵੇ ਕਦੀ, ਜਿਹਨੂੰ ਸਰਕਾਰ ਨੂੰ ਬੜਾ ਡਰ ਹੋਵੇ, ਸਰਕਾਰ ਘਬਰਾਉਂਦੀ ਹੋਵੇ ਜਿਹਨਾਂ ਨੂੰ, ਉਹਨਾਂ ਨੂੰ ਇੱਦਾਂ ਦੀਆਂ ਸਖ਼ਤ ਪਹਿਰੇ ਮਾਰ ਕੇ ਜੇਲ੍ਹਾਂ ਵਿੱਚ ਭੇਜਿਆ ਜਾਂਦਾ ਹੈ। ਜਿਵੇਂ ਭਾਈ ਜਗਤਾਰ ਸਿੰਘ ਹਵਾਲੇ ਵਰਗੇ ਮਜੀਵੜਿਆਂ ਨੂੰ, ਉਹਨਾਂ ਦੇ ਨਾਮ ਤੋਂ ਥਰ ਥਰ ਕੰਬਦੀਆਂ ਸਰਕਾਰਾਂ ਉਹਨਾਂ ਨੂੰ, ਭਾਵੇਂ ਆਪਣੇ ਕੇਸਾਂ ਵਿੱਚੋਂ ਬਲੀ, ਕਈਆਂ ਵਿੱਚੋਂ ਬਲੀ ਹੋ ਗਏ ਨੇ, ਔਰ ਜਿਹੜਾ ਉਹਨਾਂ ਨੇ ਜਿਹੜਾ ਉਹਨਾਂ ਉੱਤੇ ਦੋਸ਼ ਲਾਇਆ ਗਿਆ, ਉਹਨਾਂ ਵਿੱਚ ਵੀ ਭਾਵੇਂ ਸਹੀ ਸਾਬਤ ਨਾ ਹੋਣ, ਕੌਮ ਭਾਵੇਂ ਸੰਘਰਸ਼ ਸੰਘਰਸ਼ ਕਰ ਰਹੀ ਹੈ, ਪਰ ਸਰਕਾਰ ਕੰਬਦੀ ਕਿਉਂ ਨਾ ਮਰਜ਼ੀ ਬਣਿਆ ਦੇ ਨਾਮ ਤੋਂ ਸਖ਼ਤ ਪਹਿਰਿਆਂ ਵਿੱਚ ਉਹਨਾਂ ਨੂੰ ਉਸ ਜੇਲ੍ਹ ਵਿੱਚ ਬੰਦ ਕੀਤਾ ਹੋਇਆ, ਜਿਹਦੀਆਂ ਦੀਵਾਰਾਂ ਵੀ ਕਈ ਕਈ ਫੁੱਟ ਉੱਚੀਆਂ ਨੇ, ਜਿੱਥੇ ਤਿੰਨ ਤਿੰਨ ਚਾਰ ਚਾਰ ਬਹਿਣੇ ਲੱਗੇ ਹੋਏ ਨੇ, ਜਿਹਦੇ ਵਿੱਚੋਂ ਬਾਹਰ ਨਿਕਲਣਾ ਨਾਮੁਮਕਿਨ ਹੈ, ਅਸੰਭਵ ਹੈ। ਸਰਕਾਰ ਘਬਰਾ ਗਈ, ਜੋ ਹਰਿਮੰਦਰ ਸਾਹਿਬ ਪਾਤਸ਼ਾਹ ਦੀ ਚੜ੍ਹਦੀ ਕਲਾ ਤੋਂ ਆਖਿਆ ਗਵਾਲੀਅਰ ਭੇਜ ਦਿਓ। ਗਵਾਲੀਅਰ ਸਾਧ ਸੰਗਤ ਅੱਜ ਸ਼ਹਿਰ ਹੈ, ਉਦੋਂ ਸ਼ਹਿਰ ਨਹੀਂ ਸੀ ਗਵਾਲੀਅਰ, ਉਦੋਂ ਇਸ ਉੱਥੇ ਕਿਲਾ ਸੀ, ਕਿਲਾ ਸੀ ਗਵਾਲੀਅਰ, ਜਿਹਦਾ ਨਾਮ ਗਵਾਲੀਅਰ ਰੱਖਿਆ ਗਿਆ ਸੀ, ਉਹਦੇ ਤੋਂ ਬਾਅਦ ਵਿੱਚ ਸ਼ਹਿਰ ਦਾ ਨਾਮ ਗਵਾਲੀਅਰ ਪੈ ਗਿਆ। ਅੱਜ ਤੋਂ ਉੱਥੇ ਬੱਸੋ ਹੈ, ਲੋਕ ਵਸਦੇ ਨੇ, ਪਰ ਉਹਨਾਂ ਸਮੇਂ ਵਿੱਚ ਉਹਦੇ ਚਾਰ ਚੁਫੇਰੇ ਜੰਗਲ ਹੀ ਜੰਗਲ ਹੋਇਆ ਕਰਦਾ ਸੀ, ਭਿਆਨਕ ਜਾਨਵਰ ਉਸ ਜੰਗਲ ਵਿੱਚ ਰਹਿੰਦੇ ਸਨ, ਉਸ ਕਿਲੇ ਤੱਕ ਨਾ ਕੋਈ ਪਹੁੰਚ ਸਕਦਾ ਹੈ, ਤੇ ਨਾ ਜਿਹੜਾ ਉਸ ਕਿਲੇ ਤੋਂ ਬਾਹਰ ਜਾਏਗਾ ਕਿਸੇ ਤਰੀਕੇ ਨਾਲ ਨੱਸ ਕੇ, ਨਾ ਉਹ ਜਿਉਂਦਾ ਘਰ ਤੱਕ ਪਹੁੰਚ ਸਕੇ। ਉਸ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਭੇਜਿਆ ਗਿਆ, 15.5 ਵਰਿਆਂ ਦੀ ਉਮਰ ਕੇ ਜਦੋਂ ਸਤਿਗੁਰੂ ਗਵਾਲੀਅਰ ਪਹੁੰਚ ਗਏ, ਕਿਲੇ ਦਾ ਦਰੋਗਾ ਹਰੀਦਾਸ ਹੈ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ, ਪਾਤਸ਼ਾਹ ਦੇ ਦਰਸ਼ਨ ਕਰਕੇ ਸਤਿਗੁਰੂ ਗਵਾਲੀਅਰ ਚਲੇ ਗਏ। ਸਤਿਗੁਰੂ ਗਵਾਲੀਅਰ ਵਿੱਚ ਨੇ ਤੇ ਬਾਹਰ ਸਰਕਾਰ ਨੇ ਸਾਧ ਸੰਗਤ ਪਤਾ ਕੀ ਝੂਠੀ ਅਫਵਾਹ ਫੈਲਾਈ, ਬਾਹਰ ਸਰਕਾਰ ਨੇ ਝੂਠੀ ਅਫਵਾਹ ਫੈਲਾ ਦਿੱਤੀ ਕਿ ਜਹਾਂਗੀਰ ਦੇ ਸਿਰ ਉੱਤੇ ਸਾਰ ਸਬਜ਼ੀ ਹੈ, ਰਾਹੂ ਕੇਤੂ ਹੈ, ਉਹਦੇ ਸਿਰ ਉੱਤੇ ਕੋਈ ਭਿਆਨਕ ਕਸ਼ਟ ਆਉਣ ਵਾਲਾ ਹੈ। ਬਾਦਸ਼ਾਹ ਨੇ ਗੁਰੂ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਕਸ਼ਟ ਨਿਵਾਰ ਦਿਓ, ਮੇਰੇ ਵਾਸਤੇ ਤਪ ਕਰੋ, ਤੇ ਗੁਰੂ ਜੀ ਉਹਦੇ ਵਾਸਤੇ ਤਪ ਕਰਨ ਵਾਸਤੇ ਗਵਾਲੀਅਰ ਗਏ ਨੇ। ਇਹ ਸਰਕਾਰ ਦੇ ਬਾਹਰ ਖਬਰ ਫੈਲਾ ਦਿੱਤੀ ਵੀ ਮਹਾਰਾਜ ਤੇ ਤਪ ਕਰਨ ਵਾਸਤੇ ਗਵਾਲੀਅਰ ਗਏ ਨੇ, ਬਾਦਸ਼ਾਹ ਦਾ ਕਸ਼ਟ ਜਿਹੜਾ ਉਹ ਲਾਉਣ ਵਾਸਤੇ। ਹੁਣ ਸਿੱਖਾਂ ਨੇ ਇਸ ਗੱਲ ਤੇ ਯਕੀਨ ਕੀਤਾ, 2-4 ਮਹੀਨੇ ਲੱਗੇ, ਸਮਾਂ ਚੱਲਦਾ ਰਿਹਾ, ਸਤਿਗੁਰੂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਨੇ। ਪਹਿਲੇ ਦਿਨ ਜਦੋਂ ਸਤਿਗੁਰੂ ਦੇ ਗਵਾਲੀਅਰ ਦੇ ਚਰਨ ਪਏ, ਇਤਿਹਾਸ ਕਹਿੰਦੇ ਸ਼ਾਮ ਦੇ ਸਮੇਂ ਸਤਿਗੁਰੂ ਨੇ ਨਹਿਰਾਜ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ। ਹੁਣ ਗਵਾਲੀਅਰ ਦਾ ਕਿਹੜਾ ਕਿ ਉਹਦੇ ਵਿੱਚ 6ਵੇਂ ਪਾਤਸ਼ਾਹ ਬਾਣੀ ਪੜ੍ਹ ਰਹੇ ਨੇ, ਮੇਰੇ ਸਤਿਗੁਰੂ ਨੇ ਆਖਿਆ ਦਰੋਗਾ ਹਰੀਦਾਸ ਕਿੰਨੇ ਕੈਦੀ ਨੇ ਸਿੱਖੇ ਵਿੱਚ, ਮਹਾਰਾਜ ਟੋਟਲ 52 ਭਾਈ ਰਾਜੇ ਨੇ ਹਿਮਾਚਲ ਪ੍ਰਦੇਸ਼ ਦੇ, ਤੇ 30 ਕੈਦੀ ਨੇ, ਟੋਟਲ 52 ਕੈਦੀ। ਮਹਾਰਾਜ ਨੇ ਕਿਹਾ ਇਹਨਾਂ ਨੂੰ ਸਵੇਰੇ ਸ਼ਾਮ ਸਾਡੇ ਦਰਬਾਰ ਵਿੱਚ ਭੇਜਣਾ ਹੈ, ਸਾਡੇ ਕੋਲ ਭੇਜਣਾ ਹੈ। ਗੁਰੂ ਦਾ ਤਖਤ ਕੇਵਲ ਇੱਕ ਥਾਂ ਤੇ ਨਹੀਂ, ਗੁਰੂ ਤੇ ਜਿੱਥੇ ਬੈਠਦਾ ਉੱਥੇ ਤਖਤ ਸ਼ੁਰੂ ਹੋ ਜਾਂਦਾ, ਉੱਥੇ ਮੱਥੇ ਟਿਕਣ ਲੱਗ ਪੈਂਦੇ ਨੇ, ਉੱਥੇ ਜਿੱਥੇ ਬਾਬਾ ਬੈਠਦਾ ਰਹਿ ਪੂਜਾ ਆਸਣ ਸਥਾਪਨ ਸੁਭਾ। ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਇਹਨਾਂ ਨੂੰ ਸਵੇਰੇ ਸ਼ਾਮ ਸਾਡੇ ਕੋਲ ਭੇਜਣਾ ਹੈ। ਹੁਣ ਅਮਰਤ ਵੇਲੇ ਸਤਿਗੁਰੂ 6ਵੇਂ ਪਾਤਸ਼ਾਹ ਉੱਠੇ ਨੇ, ਹਜ਼ੂਰ ਨੇ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕੀਤਾ, ਅਨੰਦ ਸਾਹਿਬ ਦੀ ਬਾਣੀ ਦਾ ਜਾਪ ਕੀਤਾ, ਆਸਾ ਦੀ ਵਾਰ ਦਾ ਜਾਪ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਰਸਨਾ ਤੋਂ ਅੰਮ੍ਰਿਤ ਵੇਲੇ ਬਾਣੀ ਸੁਣਦੇ ਨੇ, ਇਹ ਬਗੀਚਾ ਕਹਿੰਦੀ ਸਵੇਰੇ ਤੇ ਸ਼ਾਮ ਬੈਠ ਕੇ ਉਹਨਾਂ ਨੂੰ ਭੁੱਲ ਗਿਆ ਕਿ ਅਸੀਂ ਕੈਦ ਵਿੱਚ ਹਾਂ, ਉਹਨਾਂ ਨੂੰ ਭੁੱਲ ਗਿਆ ਕਿ ਸਾਨੂੰ ਰੋਜ਼ ਕੱਚਾ ਜ਼ਹਿਰ ਪੀ ਕੇ ਦਿੱਤਾ ਜਾਂਦਾ, ਉਹਨਾਂ ਨੂੰ ਭੁੱਲ ਗਿਆ ਸਾਡੇ ਤਨ ਦੇ ਕੱਪੜੇ ਪਾਣੇ ਦੇ, ਉਹਨਾਂ ਦੀ ਭਾਵਨਾ ਤੇ ਇਹ ਬਣ ਗਏ 6ਵੇਂ ਪਾਤਸ਼ਾਹ। ਜਦੋਂ ਬਾਣੀ ਪੜ੍ਹਦੇ ਹੋ ਨਾ ਆਪ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਹਨੁਮਾਨ, ਸਤਿਗੁਰ ਕਾ ਦਰਸ਼ਨ ਪਾਏ ਜੀ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਘੜੀ ਹੈ, ਉਹ ਨਰੋਏ ਹੋ ਗਏ। 4.5 ਸਾਲ ਹੋ ਗਏ ਸਨ ਉਸ ਵੇਲੇ ਸਤ ਸੰਗਤ ਇਹਨਾਂ ਕੈਦੀਆਂ ਨੂੰ ਇਸ ਕੈਦਖਾਨੇ ਵਿੱਚ, 4.5 ਸਾਲ ਹੋ ਚੁੱਕੇ ਸਨ ਇਹਨਾਂ ਨੂੰ। ਜਿਹੜਾ ਉਸ ਕਿਲੇ ਵਿੱਚ ਕੈਦੀ ਹੁੰਦਾ ਸੀ ਉਹਨੂੰ ਰੋਜ਼ ਕੱਚਾ ਜ਼ਹਿਰ ਪੀ ਕੇ ਦਿੱਤਾ ਜਾਂਦਾ ਸੀ, ਸਰਕਾਰ ਦਾ ਹੁਕਮ ਸੀ ਵੀ ਇਹ ਹੌਲੀ ਹੌਲੀ ਭਰੀ। ਮਹਾਰਾਜ ਨੇ ਦਰੋਗਾ ਹਰੀਦਾਸ ਨੂੰ ਆਖਿਆ ਤੂੰ ਜੇਲ੍ਹ ਸੁਪਰਡੈਂਟ ਹੈ, ਕੁਝ ਨਾ ਕੁਝ ਤੇ ਇਨਸਾਨੀਅਤ ਨੂੰ ਪਛਾਣ, ਇਹਨਾਂ ਨੂੰ ਚੰਗਾ ਖਾਣ ਨੂੰ ਦੇ, ਜ਼ਹਿਰ ਨਾ ਦੇ, ਬੰਦਾ ਬੰਦੇ ਨੂੰ ਮਾਰੇ ਬੜਾ ਵੱਡਾ ਪਾਪ ਹੈ, ਹਜ਼ੂਰ ਨੇ ਕਹਿ ਦਿੱਤੀ ਮੇਰੇ ਗੁਰੂ ਦੇ ਕਹਿਣ ਤੇ ਉਹਨਾਂ ਨੂੰ ਚੰਗਾ ਖਾਣਾ ਦਿੱਤਾ ਗਿਆ, ਗੁਰੂ ਦੇ ਕਹਿਣ ਨਾਲ ਪਹਿਰਾਵਾ ਪਾਉਣ ਨੂੰ ਚੰਗਾ ਦਿੱਤਾ ਜਾਵੇ, ਕਿਵੇਂ ਇਹਨਾਂ ਦੇ ਪਾਟੇ ਜਿਹੜੇ ਕੱਪੜੇ ਨੇ ਲੀਨਾ ਹੋਈਆਂ ਪਈਆਂ ਨੇ, ਮਨੁੱਖ ਨੇ ਇਹਨਾਂ ਦਾ ਸਤਿਕਾਰ ਕਰ, ਇਹਨਾਂ ਵਿੱਚ ਵੀ ਰੱਬ ਵਸਦਾ ਗਿਆ, ਗੁਰੂ ਦੇ ਕਹਿਣ ਤੇ ਚੰਗਾ ਕੱਪੜਾ ਮਿਲਿਆ ਹੈ, ਗੁਰੂ ਦੇ ਕਹਿਣ ਨਾਲ ਬੰਦੀ ਕਿੰਨੀ ਹੈ, ਮਹਾਰਾਜ ਇਹਨਾਂ ਦੀ 24 ਘੰਟੇ ਦੀ ਬੰਦੀ ਹੈ, 52 ਥੰਮ ਜਿਹੜੇ ਉਸ ਕਿਹੜੇ ਵਿੱਚ ਅੱਜ ਵੀ ਹੈਗੇ ਨੇ, ਸਤਸੰਗ ਦੇ ਦਰਸ਼ਨ ਕਰ ਸਕਦੇ ਹੋ।
ਉਹਨਾਂ ਨੂੰ 24-24 ਘੰਟੇ ਉਹਨਾਂ ਦੀਆਂ ਬਾਹਾਂ ਪਿਛਾਂ ਨੂੰ ਕਰਕੇ ਉਹਨਾਂ 52 ਕੈਦੀਆਂ ਨੂੰ ਉਹਨਾਂ ਥੰਮਾਂ ਨਾਲ ਬੰਨ ਕੇ ਰੱਖਿਆ ਕਰਦਾ ਸੀ, ਰੱਖਿਆ ਜਾਂਦਾ ਸੀ। ਸੌਣ ਨਹੀਂ ਸੀ ਦਿੱਤਾ ਜਾਂਦਾ, ਖੜੇ ਉਹਨਾਂ ਨੂੰ ਰੱਖਿਆ ਜਾਂਦਾ ਸੀ। ਖੜੇ ਉਹਨਾਂ ਦੀਆਂ ਧੌਣਾਂ ਡਿੱਗ ਪੈਣ, ਸੌ ਜਾਣ, ਜਾਗਦੇ ਰਹਿਣ, ਉਹ ਵਹਿਗੁਰੂ ਜਾਣੇ, ਪਰ ਉਹਨਾਂ ਨੂੰ ਖੜੇ ਰੱਖਿਆ ਜਾਂਦਾ ਸੀ 24 ਘੰਟੇ ਸੰਗਲਾਂ ਨਾਲ ਬੰਨ ਕੇ 52 ਥੰਮਾਂ ਦੇ ਨਾਲ। ਪਰ ਗੁਰੂ ਦੇ ਕਹਿਣ ਦੀ ਬੰਦੀ ਵੀ ਘਟਾ ਦਿਓ, ਗੁਰੂ ਦੇ ਕਹਿਣ ਤੋਂ ਉਹਨਾਂ ਦੀ ਬੰਦੀ ਘਟਾਈ ਗਈ। ਗੁਰੂ ਦੇ ਕਹਿਣ ਦੇ ਗਲਾਂ ਚੋਂ ਤੌਫ ਲਾ ਦਿਓ, ਇਹਨਾਂ ਦੇ ਪੈਰਾਂ ਵਿੱਚੋਂ ਬੇੜੀਆਂ ਲਾ ਦਿਓ, ਇਹਨਾਂ ਦੇ ਹੱਥਾਂ ਵਿੱਚੋਂ ਹੱਥਕੜੀਆਂ ਲਾ ਦਿਓ। ਇਹਨਾਂ ਨੂੰ ਦੇਵਤੇ ਬਣਾਉਣ ਵਾਸਤੇ ਆਏ ਹਾਂ। ਦਰੋਗਾ ਹਰੀਦਾਸ ਇਹਨਾਂ ਨੂੰ ਪਸ਼ੂ ਨਾ ਬਣਾ, ਇਹ ਸਾਡੀ ਸੰਗਤ ਕਰਕੇ ਦੇਵਤੇ ਬਣ ਜਾਣਗੇ। ਸਵੇਰੇ ਸ਼ਾਮ ਸਤਿਗੁਰੂ ਦੇ ਚਰਨਾਂ ਵਿੱਚ ਦਰਬਾਰ ਸਜਾ ਲੱਗ ਪਿਆ, ਜਿਹੜੇ ਜੇਲ੍ਹ ਦੇ ਅਧਿਕਾਰੀ ਉਹ ਵੀ ਬੈਠ ਕੇ ਬਾਣੀ ਸੁਣਦੇ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸ਼ਬਦ ਦੀ ਕਥਾ ਕਰਦੇ ਨੇ, ਹੁਣ ਕਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਦੇ ਹੋਣ, ਤੇ ਸਤਸੰਗਤ ਕਿਸੇ ਦੇ ਮਨ ਵਿੱਚ ਮਰਨ ਦਾ ਡਰ ਰਹਿ ਜਾਏਗਾ? ਕਿਸੇ ਨੂੰ ਜੀਣ ਦੀ ਲਾਲਸਾ ਰਹਿ ਜਾਏਗੀ? ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ, ਜੀਵਨ ਕਾ ਭਉ ਸਭ ਗਵਾਸੀ, ਉਹਨਾਂ ਦੀ ਅਵਸਥਾ ਉੱਚੀ ਹੋ ਗਈ ਛੇਵੇਂ ਪਾਤਸ਼ਾਹ ਦੀ ਸੰਗਤ ਕਰਕੇ। ਹੁਣ ਸਤਸੰਗਤ ਕੋਈ ਮਹਾਂਪੁਰਖ ਕਿਸੇ ਜੇਲ੍ਹ ਵਿੱਚ ਚਲਿਆ ਜਾਏ, ਕੋਈ ਮਹਾਂਪੁਰਖ ਕਿਸੇ ਜੇਲ੍ਹ ਵਿੱਚ ਚਲਿਆ ਜਾਏ, ਕੋਈ ਰੱਬ ਦਾ ਪਿਆਰਾ ਕਿਸੇ ਜੇਲ੍ਹ ਵਿੱਚ ਜਾਂਦਾ ਹੈ, ਸਤ ਕਰਤਾਰ ਦੀਆਂ ਭੂਮਿਕਾ ਉੱਠਦੀਆਂ ਨੇ। ਸਤਿਗੁਰੂ ਗੁਰੂ ਨਾਨਕ ਨੇ ਪਾਤਸ਼ਾਹ ਨੂੰ ਵੀ ਬੰਦੀ ਵਿੱਚ ਪਾਇਆ ਬਾਬਰ ਨੇ, ਪਰ ਹਜ਼ੂਰ ਨੇ ਸਾਰੇ ਕੈਦੀਆਂ ਨੂੰ ਆਖਿਆ ਸਤ ਕਰਤਾਰ ਕਹਿ ਦੇ, ਸਤ ਕਰਤਾਰ ਚੰਗੀਆਂ ਮੁਹਾਰੇ ਚੱਲੀਆਂ ਨੇ। ਗੁਰੂ ਜਿੱਥੇ ਜਾਂਦਾ ਹੈ ਉਹ ਸਤ ਕਰਤਾਰ ਦਾ ਨਾਰਾ ਲਾਉਂਦਾ ਹੈ, ਸਤ ਜਪਾਉਂਦਾ ਹੈ। ਹੁਣ ਛੇਵੇਂ ਪਾਤਸ਼ਾਹ ਨੇ ਵੀ ਇੱਥੇ ਦਰਬਾਰ ਸਜਾਇਆ, ਉਸ ਕਿਹੜੇ ਨੂੰ ਸੱਚਖੰਡ ਵਰਗਾ ਬਣਾ ਦਿੱਤਾ ਹੈ। ਉੱਥੋਂ ਦੀਆਂ ਹਵਾਵਾਂ ਵਿੱਚੋਂ ਵੀ ਮਹਿਕਾਂ ਆਉਣ ਲੱਗ ਪਈਆਂ, ਕਿਉਂਕਿ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਇਸ ਕਿਲ੍ਹੇ ਵਿੱਚ ਨੇ। ਉੱਧਰ 2-4 ਮਹੀਨੇ ਲੰਘੇ, 6 ਮਹੀਨੇ ਲੰਘੇ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਜੇਠਾ, ਬਾਬਾ ਬਿਧੀ ਚੰਦ ਸਾਹਿਬ, ਇਹ ਸਾਰੇ ਬੜੇ ਹੈਰਾਨ ਨੇ। ਆਖਣ ਲੱਗੇ ਜੇ ਤਪ ਹੀ ਕਰਾਉਣਾ ਸੀ ਅੰਮ੍ਰਿਤਸਰ ਕਰਾਇਆ ਜਾ ਸਕਦਾ ਸੀ, ਦਿੱਲੀ ਵਿੱਚ ਤਪ ਕਰਾਇਆ ਜਾ ਸਕਦਾ ਸੀ, ਤਪ ਵਾਸਤੇ ਗਵਾਲੀਅਰ ਦਾ ਕਿਹੜਾ ਗਏ? ਕਿਉਂ? ਕਿਤੇ ਸਰਕਾਰ ਨੇ ਕੋਈ ਅੰਦਰ ਭਾਣਾ ਨਾ ਵਰਤਾ ਦਿੱਤਾ ਹੋਵੇ, ਕੈਦ ਵਿੱਚ ਪਾ ਕੇ ਗੁਰੂ ਤੇ ਕੋਈ ਤਸ਼ੱਦਦ ਨਾ ਕੀਤੇ ਹੋਣ, ਗੁਰੂ ਸਾਹਿਬ ਸਰੀਰਕ ਰੂਪ ਵਿੱਚ ਗੈਰ ਨਹੀਂ ਦੇ ਕੇ ਗਏ? ਹੁਣ ਪਤਾ ਹੀ ਕੁਝ ਨਹੀਂ ਲੱਗ ਰਿਹਾ। ਸਿੱਖਾਂ ਨੇ ਆਖਿਆ ਇੱਕ ਵਾਰੀ ਗਵਾਲੀਅਰ ਪਹੁੰਚਣਾ ਚਾਹੀਦਾ। ਅੱਜ ਦੇ ਸਾਥ ਸੰਗਤ ਆਪਾਂ ਕਾਰ ਦਾ ਸਫ਼ਰ ਤੈਅ ਕਰੀਏ ਤੇ ਤਕਰੀਬਨ 12-13 ਘੰਟੇ ਦਾ ਸਫ਼ਰ ਕਰੀਏ, 850 ਕਿਲੋਮੀਟਰ ਦਾ ਸਫ਼ਰ ਬਣਦਾ, ਤੇ ਉਹਨਾਂ ਸਮੇਂ ਵਿੱਚ ਗੁਰੂ ਕੇ ਸਿੱਖ ਕੋਈ ਪੱਕੀਆਂ ਸੜਕਾਂ ਨੇ, ਕੋਈ ਕੱਚੇ ਰਸਤੇ ਵੀ ਨਹੀਂ ਸੀ ਗਵਾਲੀਅਰ ਤੋਂ ਜਾਣ ਵਾਲੇ। ਗਵਾਲੀਅਰ ਤੋਂ ਜਿਹਨੇ ਜਾਣਾ ਹੈ ਉਹਨੂੰ ਤੇ ਜੰਗਲਾਂ ਦਾ ਰਸਤਾ ਜਿਹੜਾ ਬਹੁਤਾ ਤੈਅ ਕਰਕੇ ਜਾਣਾ ਪਵੇਗਾ। ਸਰਕਾਰ ਨੇ ਇਸ ਤਰੀਕੇ ਨਾਲ ਉਹ ਕਿਲ੍ਹਾ ਬਣਾਇਆ ਹੋਇਆ ਸੀ, ਕਾਲੇ ਪਾਣੀ ਦੀ ਸਜ਼ਾ ਵਰਗਾ ਮੰਨਿਆ ਜਾਂਦਾ ਸੀ ਗਵਾਲੀਅਰ ਦਾ ਕਿਲ੍ਹਾ। ਪਰ ਧੰਨ ਦੇ ਗੁਰੂ ਕੇ ਸਿੱਖ ਉਹ ਨਦੀਆਂ ਨਾਲੇ ਲੰਘ ਕੇ ਦਰਿਆਵਾਂ ਨੂੰ ਪਾਰ ਕਰਦੇ, ਭਿਆਨਕ ਜਾਨਵਰਾਂ ਨੂੰ ਨਾ ਘਬਰਾਉਂਦੇ ਹੋਏ, ਨਾ ਮੌਤ ਦਾ ਡਰ ਕਬੂਲ ਜਾਂ ਉਹ ਗਵਾਲੀਅਰ ਤੱਕ ਪਹੁੰਚ ਗਏ, ਪਰ ਉਹਨਾਂ ਨੂੰ ਅੰਦਰ ਦਾ ਪ੍ਰਵੇਸ਼ ਹੋਣ ਦਿੱਤਾ ਗਿਆ। ਪੁੱਛਿਆ ਸਤਿਗੁਰੂ ਕਿਵੇਂ ਨੇ? ਸਤਿਗੁਰੂ ਚੜ੍ਹਦੀ ਕਲਾ ਵਿੱਚ ਨੇ, ਦੱਸ ਦਿਓ। ਕੁਝ ਵੀ ਨਹੀਂ ਦੱਸਿਆ, ਕੋਈ ਰਿਪੋਰਟ ਨਾ ਸਿੱਖ ਸੰਗਤ ਤੱਕ ਪਹੁੰਚੀ। ਇਤਿਹਾਸ ਕਹਿੰਦਾ ਗੁਰੂ ਕੇ ਸਿੱਖਾਂ ਨੇ ਕਿਹੜੇ ਦੀਆਂ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ, ਵਾਪਸ ਪੰਜਾਬ ਆ ਗਏ। ਬਾਬਾ ਬੁੱਢਾ ਸਾਹਿਬ ਆਖਣ ਲੱਗੇ ਤੇ ਸਰਕਾਰ ਨੇ ਝੂਠ ਬੋਲਿਆ, ਸਰਕਾਰ ਦਾ ਝੂਠ ਨੰਗਾ ਹੋ ਗਿਆ, ਗੁਰੂ ਨੂੰ ਤੇ ਅੰਦਰ ਧੱਕੇ ਨਾਲ ਬੰਦੀ ਵਿੱਚ ਪਾਇਆ ਗਿਆ, ਕੈਦ ਕੀਤਾ ਗਿਆ, ਤੇ ਬਾਅਦ ਸਰਕਾਰ ਕਹਿੰਦੀ ਹੈ ਗੁਰੂ ਨੂੰ ਤਪ ਕਰਾਇਆ ਜਾ ਰਿਹਾ, ਗੁਰੂ ਤਪ ਕਰ ਰਹੇ ਨੇ, ਗੁਰੂ ਨੂੰ ਤੇ ਧੱਕੇ ਨਾਲ ਕੈਦ ਵਿੱਚ ਪਾਇਆ ਗਿਆ। ਬਾਬਾ ਬੁੱਢਾ ਸਾਹਿਬ ਨੇ ਆਖਿਆ ਹੁਣ ਕੀ ਕੀਤਾ ਜਾਵੇ? ਸੰਗਤ ਨੂੰ ਜਾਗਰੂਕ ਕੀਤਾ ਜਾਵੇ, ਪ੍ਰਚਾਰ ਕੀਤਾ ਜਾਵੇ, ਪ੍ਰਚਾਰ ਜਿਵੇਂ ਵੀ ਕੀਤਾ ਜਾ ਸਕਦਾ ਸੀ। ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਦੇ ਪਹਿਰੇ ਲਾ ਦਿੱਤੇ ਗਏ। ਜਦੋਂ 2015 ਵਿੱਚ ਸਰਬੱਤ ਖਾਲਸਾ ਹੋਇਆ, ਆਪ ਸੰਗਤਾਂ ਵਿੱਚੋਂ ਬਹੁਤੀਆਂ ਸੰਗਤਾਂ ਨੇ ਸਰਬੱਤ ਖਾਲਸੇ ਵਿੱਚ ਹਾਜ਼ਰੀ ਭਰੀ ਹੋਏਗੀ। ਜਿਹੜੇ ਜਿਹੜੇ ਗਏ ਨੇ ਉਹੀ ਜਾਣਦੇ ਨੇ ਕਿ ਉਹ ਕਿਵੇਂ ਗਏ, ਉਹ ਕਿਵੇਂ ਹੌਸਲਾ ਕਰਕੇ ਗਏ, ਕਿਵੇਂ ਪਿੰਡਾਂ ਦੇ ਪਾਰਟੀਆਂ ਦੇ ਬੰਦਿਆਂ ਨੇ ਇੱਕ ਦੂਜੇ ਨੂੰ ਮਜਬੂਰ ਕੀਤਾ ਕਿ ਤੁਸੀਂ ਪਾਰਕ ਉੱਥੇ ਨਾ ਜਾਇਓ, ਤੁਸੀਂ ਸਰਬੱਤ ਖਾਲਸੇ ਵਿੱਚ ਨਾ ਜਾਇਓ, ਕਿਵੇਂ ਗੱਡੀਆਂ ਦੇ ਨੰਬਰ ਨੋਟ ਕੀਤੇ ਗਏ, ਕਿਵੇਂ ਬਾਅਦ ਵਿੱਚ ਝੂਠੇ ਪਰਚੇ ਦਰਜ ਕੀਤੇ ਗਏ, ਸਰਕਾਰਾਂ ਬੜਾ ਕੁਝ ਕਰਦੀਆਂ ਨੇ। ਇਸੇ ਤਰ੍ਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਮਹਾਰਾਜ ਜੀ ਨੂੰ ਕੈਦ ਵਿੱਚ ਲੈਂਦਾ ਗਿਆ, ਸਰਕਾਰ ਨੇ ਚੱਪੇ ਚੱਪੇ ਦੇ ਪਹਿਰੇ ਲਾ ਦਿੱਤੇ ਕਿ ਸਿੱਖ ਜਿਹੜੇ ਨੇ ਉਹ ਕਿਤੇ ਪ੍ਰਚਾਰ ਨਾ ਕਰ ਸਕਣ, ਪਰ ਬਾਬਾ ਬੁੱਢਾ ਸਾਹਿਬ ਨੇ ਯੋਗ ਅਗਵਾਈ ਦਿੱਤੀ। ਔਰ ਇਤਿਹਾਸ ਕਹਿੰਦਾ ਰਾਤ ਦੇ ਸਮੇਂ ਵਿੱਚ ਇੱਕ ਸਿੱਖ ਨੂੰ ਆਪਣਾ ਸਿੱਖਾਂ ਤੋਂ ਵਿਸ਼ਾਲ ਹਾਲ, ਗੁਰੂ ਦੇ ਸ਼ਬਦ ਪੜ੍ਹਦਾ ਪੜ੍ਹਦਾ ਦੂਜੇ ਸਿੱਖ ਦੇ ਘਰ ਤੱਕ ਜਾ ਔਰ ਉਹਨੂੰ ਦੱਸ ਕੇ ਆਪ ਸਰਕਾਰ ਕੀ ਕਰਨੀ ਹੈ। ਇਹ ਤਾਂ ਬਾਬਾ ਬੁੱਢਾ ਸਾਹਿਬ ਨੇ ਜਿਹਨੂੰ ਆਪਾਂ ਪ੍ਰਭਾਤ ਫੇਰੀ ਕਹੀ, ਬਾਬਾ ਬੁੱਢਾ ਸਾਹਿਬ ਨੇ ਮਰਿਆਦਾ ਸ਼ੁਰੂ ਕੀਤੀ। ਸਮਾਂ ਆਪਣੀ ਚੱਲਦੇ ਚੱਲਦਾ ਇੱਕ ਪਿੰਡ ਤੋਂ ਦੂਜੇ ਪਿੰਡ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹਾ, ਤੇ ਪੰਜਾਬ ਨੂੰ ਮੁੜ ਕੇ ਜਥੇ ਬਣ ਕੇ, ਜਿਵੇਂ ਅੱਜ ਪੰਜਾਬ ਦੀ ਧਰਤੀ ਤੋਂ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਜਥੇ ਬੰਗਾਲੀ ਪਹੁੰਚ ਰਹੇ ਨੇ, ਇਸੇ ਤਰ੍ਹਾਂ ਜਥੇ ਪੰਜਾਬ ਦੀ ਧਰਤੀ ਤੋਂ ਚੱਲ ਕੇ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਵਿੱਚ, ਭਾਈ ਗੁਰਦਾਸ ਸਾਹਿਬ ਦੀ ਅਗਵਾਈ ਵਿੱਚ, ਬਾਬਾ ਬਿਧੀ ਚੰਦ ਸਾਹਿਬ, ਬਾਬਾ ਜੇਠਾ ਜੀ ਉਹਨਾਂ ਦੀ ਅਗਵਾਈ ਵਿੱਚ ਜਥੇ ਗਵਾਲੀਅਰ ਪਹੁੰਚਣ ਲੱਗੇ।
ਜਦੋਂ ਸਿੱਖ ਸੰਗਤਾਂ ਉੱਥੇ ਪਹੁੰਚਣ ਲੱਗੀਆਂ, ਥਾਂ ਥਾਂ ਤੇ ਨਾਕੇ ਵੀ ਲਾਏ ਗਏ, ਪਰ ਸਿੱਖ ਪਹੁੰਚਣ ਲੱਗੇ। ਅੰਦਰ ਨਹੀਂ ਕਿਸੇ ਸਿੱਖ ਨੂੰ ਜਾਣ ਦਿੱਤਾ ਜਾਂਦਾ, ਸਿੱਖ ਪਰਿਕਰਮਾ ਕਰਕੇ ਵਾਪਸ ਮੁੜਨ ਲੱਗੇ। ਪੂਰੇ ਪੰਜਾਬ ਦੀ ਧਰਤੀ ਤੇ ਇੱਕ ਰੋਸ ਦੀ ਲਹਿਰ ਫੈਲ ਗਈ ਹੈ, ਸੰਗਤ ਦੇ ਵਿੱਚ ਰੋਹ ਭੜ ਗਿਆ ਹੈ। ਸਰਕਾਰ ਇੱਕ ਬੜੀ ਕੰਮ ਗਈ ਵੀ ਪੂਰਾ ਪੰਜਾਬ ਜਿਹੜਾ ਉਹ ਰੋਸ ਮਾਰਚ ਕਰ ਰਿਹਾ ਹੈ, ਪੂਰਾ ਪੰਜਾਬ ਵਾਜਗਤ ਨੂੰ ਜਾਣ ਲੱਗ ਪਿਆ ਹੈ। ਹਜ਼ਾਰਾਂ ਸੰਗਤਾਂ ਦੇ ਕਾਫਲੇ ਕਿਵੇਂ ਰੋਕੇ ਜਾ ਸਕਦੇ ਨੇ? ਕਾਫਲੇ ਰੋਕੇ ਜਾ ਸਕਦੇ ਨੇ, ਧੱਕਾ ਕੀਤਾ ਜਾ ਸਕਦਾ ਹੈ, ਪਰ ਜੇ ਪ੍ਰਜਾ ਦਾ ਧੱਕਾ ਕੀਤਾ ਜਾਏ ਤੇ ਬਗਾਵਤ ਖੜੀ ਹੋ ਸਕਦੀ ਹੈ। ਜਹਾਂਗੀਰ ਚਿੰਤਾ ਵਿੱਚ ਪੈ ਗਿਆ, ਪਰ ਉਧਰ ਉਹਦੇ ਸਰੀਰ ਉੱਤੇ ਇੱਕ ਭਿਆਨਕ ਬਿਮਾਰੀ ਨੇ ਹਮਲਾ ਕੀਤਾ, ਕਈ ਮਹੀਨੇ ਇਲਾਜ ਚੱਲਿਆ, ਰਾਜੀ ਨਾ ਹੋਇਆ, ਵੈਦਾਂ ਹਕੀਮਾਂ ਦੇ ਇਲਾਜ ਕੀਤਾ, ਹੱਥ ਖੜੇ ਹੋ ਗਏ, ਦਵਾਈ ਦੱਸਣ ਨਾ ਕੀਤਾ, ਧਾਰ ਨਿਕਲ ਗਈ ਕਿ ਮੈਂ ਬਚਾਂ ਤੇ ਬਚਾਂ ਕਿਵੇਂ। ਸਾਈਂ ਮੀਆਂ ਮੀਰ ਨੂੰ ਬੁਲਾਇਆ ਗਿਆ, ਹਜ਼ਰਤ ਨਿਜ਼ਾਮੂਦੀਨ ਨੂੰ ਬੁਲਾਇਆ ਗਿਆ, ਆਖਿਆ ਸਾਈਂ ਜੀ ਆ ਕਸ਼ਟ ਮੇਰਾ ਜਿਹੜਾ ਮੇਰੇ ਤੇ ਆਇਆ, ਕੋਈ ਦਵਾਈ ਕਿਉਂ ਨਹੀਂ ਅਸਰ ਕਰਦੀ ਪਈ? ਚੰਗੇ ਤੋਂ ਚੰਗੀ ਦਵਾਈ ਜਿਹੜੀ ਮੇਰੇ ਤੇ ਇਸਤੇਮਾਲ ਕੀਤੀ ਗਈ, ਵੈਦ ਹਕੀਮ ਜ਼ੋਰ ਲਾ ਕੇ ਥੱਕ ਗਏ ਨੇ, ਮੈਨੂੰ ਆਰਾਮ ਕਿਉਂ ਨਹੀਂ ਮਿਲ ਰਿਹਾ? ਸਾਈਂ ਮੀਆਂ ਮੀਰ ਨੇ ਆਖਿਆ, ਸਾਈਂ ਮੀਆਂ ਮੀਰ ਆਖਣ ਲੱਗੇ, ਜਹਾਂਗੀਰ ਨਹੀਂ ਤੇਰੇ ਤੇ ਕੋਈ ਦਵਾਈ ਅਸਰ ਕਰੇਗੀ। ਸਾਈਂ ਜੀ ਮੈਂ ਤੇ ਦੁਆਵਾਂ ਵੀ ਕਰਾ ਕੇ ਵੇਖੀਆਂ ਨੇ, ਅਰਦਾਸਾਂ ਵੀ ਕਰਾ ਕੇ ਵੇਖੀਆਂ ਨੇ, ਮੇਰੇ ਤੇ ਦੁਆਵਾਂ ਵੀ ਅਸਰ ਨਹੀਂ ਕਰ ਰਹੀਆਂ। ਸਾਈਂ ਜੀ ਆਖਣ ਲੱਗੇ, ਜਿਹਦੇ ਕੋਲ ਦੁਆਵਾਂ ਕੀਤੀਆਂ ਜਾ ਰਹੀਆਂ ਨੇ, ਜਿਹਦੇ ਕੋਲ ਦੁਆਵਾਂ ਜਾ ਰਹੀਆਂ ਨੇ, ਉਹ ਉਸ ਗੁਰੂ ਨੂੰ ਤੇ ਧੁੰਬ ਵਾਲੀਆਂ ਧੱਕੇ ਨਾਲ ਕੈਦ ਵਿੱਚ ਪਾਇਆ ਹੈ। ਜਿਸ ਗੁਰੂ ਤੱਕ ਦੁਆਵਾਂ ਪਹੁੰਚ ਰਹੀਆਂ ਨੇ, ਉਸ ਗੁਰੂ ਨੂੰ ਤੂੰ ਕੈਦ ਵਿੱਚ ਪਾਇਆ ਹੈ, ਤੇ ਰੱਬ ਦੇ ਪਿਆਰਿਆਂ ਨੂੰ ਦੁੱਖ ਦੇ ਕੇ ਬਾਦਸ਼ਾਹ ਸੁਖ ਚਾਹੁੰਦਾ ਹੈ, ਤੰਦਰੁਸਤੀਆਂ ਭਾਲਦਾ, ਸਵਾਰੀ ਨਹੀਂ ਪੈਦਾ ਕਰਦਾ, ਇਹ ਤਾਂ ਤੰਦਰੁਸਤੀ ਨਹੀਂ ਮਿਲੇਗੀ। ਗੁਰੂ ਬ੍ਰਹਮ ਗਿਆਨੀ ਹੈ, ਬ੍ਰਹਮ ਸਰੂਪ ਹੈ। ਜਹਾਂਗੀਰ ਆਖਣ ਲੱਗਾ, ਨਹੀਂ ਸਰਕਾਰ ਦੇ ਵਿਰੋਧੀ ਨੇ, ਤਖ਼ਤ ਲਾਇਆ, ਕਲਗੀ ਲਗਾਈ, ਕਾਤਰੇ ਤਲਵਾਰਾਂ ਧਾਰਨ ਕੀਤੀਆਂ ਨੇ, ਫੌਜਾਂ ਰੱਖੀਆਂ ਨੇ, ਕਿਹੜੇ ਤਿਆਰ ਕੀਤੇ ਨੇ? ਨਹੀਂ ਨਹੀਂ ਉਹ ਬਾਕੀ ਨੇ, ਬ੍ਰਹਮ ਗਿਆਨੀ ਨਹੀਂ। ਸਾਈਂ ਮੀਆਂ ਮੀਰ ਜੀ ਨੇ ਇੱਕ ਸ਼ਬਦ ਪੜਿਆ ਸੁਖਮਨੀ ਸਾਹਿਬ ਵਿੱਚੋਂ, ਬ੍ਰਹਮ ਕੀ ਆਗਿਆ ਆਤਮ ਕਿਤਾਬ ਹੈ, ਜੀਵਨ ਮੁਕਤ ਸੋ ਕਹਾਵ ਹੈ, ਤੈਸਾ ਤੈਸਾ ਹਰਕ ਤੈਸਾ ਉਸ ਸੋ, ਸਦਾ ਆਨੰਦ ਤਖਤ ਹੀ ਪਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਫਿਰ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਹਮਪੁਰਖ ਕਹੀਆ ਜੀਵਨ ਮੁਕਤ। ਜਦ ਮੈਂ ਸ਼ਬਦ ਪੜਿਆ, ਬੜੀ ਠੰਡ ਪੈ ਗਈ ਜਹਾਂਗੀਰ ਨੂੰ ਸ਼ਬਦ ਸੁਣ ਕੇ, ਆਖਣ ਲੱਗਾ, ਬੜਾ ਰਸ ਹੈ ਇਹਦੇ ਵਿੱਚ, ਬੜਾ ਉੱਚਾ ਸੁੱਚਾ ਗਿਆਨ ਹੈ ਇਸ ਸ਼ਬਦ ਵਿੱਚ, ਕਿ ਮੁਕਤ ਕੌਣ ਹੁੰਦਾ ਹੈ? ਉਹ ਪੁਰਖ ਮੁਕਤ ਕੌਣ ਹੁੰਦਾ ਹੈ? ਉਹ ਪੁਰਖ ਜਿਹਦੇ ਵਾਸਤੇ ਮਿੱਤਰ ਤੇ ਦੋਸਤ, ਜਿਹਦੇ ਵਾਸਤੇ ਦੁਸ਼ਮਣ ਤੇ ਮਿੱਤਰ ਇੱਕੋ ਜਿਹੇ ਹੋਣ, ਜਿਹਦੇ ਵਾਸਤੇ ਅਮੀਰ ਤੇ ਗਰੀਬ ਇੱਕੋ ਜਿਹੇ ਹੋਣ, ਜਿਹਦੇ ਵਾਸਤੇ ਭਿਖਾਰੀ ਤੇ ਰਾਜਾ, ਜ਼ਹਿਰ ਤੇ ਅੰਮ੍ਰਿਤ, ਮਾਨ ਤੇ ਅਪਮਾਨ ਇੱਕੋ ਜਿਹਾ ਹੋਵੇ, ਜਿਹੜਾ ਜਨਮ ਤੇ ਮਰਨ ਨੂੰ, ਦੁੱਖ ਤੇ ਸੁੱਖ ਨੂੰ ਸਮਝ ਕਰਕੇ ਜਾਣਦਾ ਹੋਵੇ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਸਾਈਂ ਜੀ ਇੱਦਾਂ ਦੀ ਅਵਸਥਾ ਵਾਲਾ ਕੋਈ ਹੈ ਸੰਸਾਰ ਤੇ? ਇੱਦਾਂ ਦਾ ਕਮਾਈ ਵਾਲਾ ਕੋਈ ਸੀ? ਸਾਈਂ ਆਖਣ ਲੱਗੇ, ਬਾਦਸ਼ਾਹ ਸਨ ਗੁਰੂ ਅਰਜਨ ਦੇਵ ਪਾਤਸ਼ਾਹ, ਜਿਹਨਾਂ ਨੂੰ ਤਪੱਤੀਆਂ ਤਵੀਆਂ ਤੇ ਬਿਠਾ ਕੇ ਤਪਾਇਆ ਜਲਾਇਆ, ਉਹਨਾਂ ਦੇ ਸੀਸ ਤੇ ਗਰਮ ਰੇਤਾ ਪਾਈ, ਉਹਨਾਂ ਨੂੰ ਡੇਗਾਂ ਵਿੱਚੋਂ ਬਾਲਿਆ, ਨੀਂਦਰੇ ਰੱਖਿਆ, ਭੁੱਖੇ ਤੇ ਤਿਹਾਏ ਰੱਖਿਆ, ਉਹਨਾਂ ਦੇ ਜੜੇ ਹੋਏ ਸਰੀਰ ਨੂੰ ਰਾਗੀ ਦੇ ਠੰਡੇ ਦਰਿਆ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਬ੍ਰਹਮ ਗਿਆਨੀ ਸਨ, ਇਹ ਉਹਨਾਂ ਦੀ ਬਾਣੀ ਹੈ। ਜਿਸ ਮਹਾਂਪੁਰਖ ਦੀ ਇਹ ਬਾਣੀ ਹੈ, ਇਹ ਉਹਨਾਂ ਦੀ ਅਵਸਥਾ ਹੈ, ਅਵਸਥਾ ਜੋ ਲਿਖਿਆ ਉਹਨਾਂ ਨੇ, ਉਹਨਾਂ ਦੀ ਅਵਸਥਾ ਹੈ। ਜਹਾਂਗੀਰ ਆਖਣ ਲੱਗਾ, ਮੇਰੇ ਕੋਲ ਤੇ ਬੜਾ ਵੱਡਾ ਪਾਪ ਹੋ ਗਿਆ, ਬ੍ਰਹਮ ਗਿਆਨੀ ਨੂੰ ਮੈਂ ਸ਼ਹੀਦ ਕੀਤਾ, ਪਾਣੀ ਦੇ ਬਚਨ ਨੇ ਬ੍ਰਹਮ ਗਿਆਨੀ ਸਭ ਸ੍ਰਿਸ਼ਟੀ ਕਾ ਕਰਤਾ, ਬ੍ਰਹਮ ਗਿਆਨੀ ਸੱਚ ਜੀਵ ਹੈ, ਨਹੀਂ ਮਰਦਾ। ਸਾਈਂ ਨੇ ਆਖਿਆ, ਨਹੀਂ ਉਹ ਸਰੀਰਕ ਤੌਰ ਤੇ ਗਏ ਨੇ, ਬ੍ਰਹਮ ਗਿਆਨੀ ਤੇ ਅੱਜ ਵੀ ਜਿਉਂਦਾ ਹੈ। ਜਹਾਂਗੀਰ ਆਖਣ ਲੱਗਾ, ਅੱਜ ਵੀ ਬ੍ਰਹਮ ਗਿਆਨੀ ਜਿਉਂਦਾ ਹੈ, ਹੋਰ ਕੌਣ ਹੈ ਬ੍ਰਹਮ ਗਿਆਨੀ? ਅੱਜ ਵੀ ਜੇ ਬ੍ਰਹਮ ਗਿਆਨੀ ਜਿਉਂਦਾ ਹੈ ਤੇ ਉਹਨਾਂ ਦੀ ਥਾਂ ਤੇ ਹੁਣ ਬ੍ਰਹਮ ਗਿਆਨੀ ਕੌਣ ਹੈ? ਇਸ ਅਵਸਥਾ ਦਾ ਮਾਲਕ ਕੌਣ ਹੈ ਜਿਹਦੇ ਦਰਸ਼ਨ ਕਰਕੇ ਮੈਨੂੰ ਤੰਦਰੁਸਤੀ ਮਿਲ ਜਾਏ? ਸਾਈਂ ਮੀਆਂ ਮੀਰ ਆਖਣ ਲੱਗੇ, ਉਸ ਅਵਸਥਾ ਦੇ ਮਾਲਕ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ, ਜਿਹਨਾਂ ਨੇ ਤੂੰ ਗਵਾਲੀਅਰ ਕੈਦ ਕੀਤਾ ਹੈ। ਬਾਦਸ਼ਾਹ ਤੈਨੂੰ ਕੀ ਲੱਗਦਾ ਹੈ ਕਿ ਗੁਰੂ ਨੇ ਤਖ਼ਤ ਲਾਇਆ ਹੈ ਈਰਖਾ ਵਸ ਹੋ ਕੇ? ਨਹੀਂ ਨਹੀਂ, ਗੁਰੂ ਈਰਖਾ ਤੋਂ ਰਹਿਤ ਗਏ, ਗੁਰੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਗਏ, ਵੈਰ ਤੋਂ ਰਹਿਤ ਗਏ, ਗੁਰੂ ਨਿਰਵੈਰ ਗਏ, ਉਹ ਤੇ ਸਰਬੱਤ ਦਾ ਭਲਾ ਕਰਦੇ ਨੇ। ਉਹਨਾਂ ਨੇ ਕਿਹੜੇ ਤਿਆਰ ਕੀਤੇ ਨੇ? ਤਖ਼ਤ ਲਾਏ ਨੇ ਪਰ ਉਹਨਾਂ ਦੇ ਮਨ ਵਿੱਚ ਕੋਈ ਵੈਰ ਨਹੀਂ। ਬਾਦਸ਼ਾਹ ਯਕੀਨ ਕਰ ਇਸ ਗੱਲ ਉੱਤੇ, ਜਹਾਂਗੀਰ ਗੁਰੂ ਉੱਤੇ ਸ਼ਰਧਾ ਬਣਾ, ਗੁਰੂ ਖੁਦਾ ਦਾ ਰੂਪ ਹੈ, ਸ਼ਰਧਾ ਦੀ ਅੱਖ ਨਾਲ ਵੇਖ, ਗੁਰੂ ਨਿਰੰਕਾਰ ਹੈ, ਗੁਰੂ ਨੂੰ ਰਿਹਾ ਕਰ, ਗੁਰੂ ਉੱਤੇ ਜੇ ਗੁਰੂ ਨੂੰ ਕੈਦ ਵਿੱਚ ਪਾਏਗਾ, ਤੰਦਰੁਸਤੀ ਦੀ ਉਮੀਦ ਨਾ ਰੱਖੀ। ਜਹਾਂਗੀਰ ਨੇ ਉਸੇ ਵੇਲੇ ਕਾਗਜ਼ ਤੇ ਕਲਮ ਲਿਆ, ਸਾਈਂ ਮੀਆਂ ਮੀਰ ਜੀ ਦੀ ਗੱਲ ਨੂੰ ਮੰਨਿਆ, ਰਿਹਾਈ ਨਾਮਾ ਲਿਖ ਦਿੱਤਾ। ਉਹ ਰਿਹਾਈ ਨਾਮਾ ਤੁਰਿਆ ਪਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਇਆ, ਉਹ ਰਿਹਾਈ ਨਾਮਾ ਗੁਰੂ ਹਰਗੋਬਿੰਦ ਸਾਹਿਬ
वजीर खान लैके आया है, गुंजा बेग लैके आया है, गुरमुख रिहाई नामा सरकार आप देने वास्ते आई है। महाराज ने बेनती की, महाराज ना तुहाडे कहिआ तो सानू दुख है, ना तुहाडे तकर तो, ना तुहाडीआं तलवारां तो, ना तुहाडे निशाना तो, जदों जाओ जिधर नूं जाओ जा सकदे हो। सरकार नूं कोई कोई तुहाडे ते शंका नहीं, सरकार दे सारे धर्म खत्म हो गए ने, बादशाह तुहाडा श्रद्धालु बन गया है। सरकार की बेनती है तुसीं किले तों बाहर आओ, सतंत्र सुतंत्र विजरो, बादशाह नूं दर्शन दिओ ते मानवता दा कल्याण करो। तां रिहाईनामा है महाराज जी दे कोल, रिहाईनामा आया है। किहड़ा दरोगा कहेगा, दरोगा हरिदास अखां भर गईआं, बबीता बेदी अखां भर लईआं, ढह के चंगी पै के गुरु हरगोबिंद साहिब पातशाह दे सतगुरु देवत्या वाली जिंदगी देख के हुण तुर चले हो। महाराज